ਅੱਜ ਗੱਲ ਕਰਾਂਗੇ ਉਹ ਹੀਰੇ ਦੀ ਜੋ ਕਦੇ ਪੰਜਾਬ ਦੀ ਸ਼ਾਨ ਹੁੰਦਾ ਸੀ ਉਹ ਹੀਰਾ ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਆਪਣੀ ਸੱਜੀ ਬਾਹ ਤੇ ਬੰਨ ਕੇ ਰੱਖਦੇ ਸੀ 5000 ਸਾਲ ਪੁਰਾਣਾ ਇਹ ਹੀਰਾ ਪਹਿਲੀ ਵਾਰ ਕਿੱਥੇ ਮਿਲਿਆ ਸੀ ਕੌਣ ਸੀ ਕੋਹੀਨੂਰ ਹੀਰੇ ਦਾ ਪਹਿਲਾ ਮਾਲਕ ਕੋਹੀਨੂਰ ਨਾਮ ਕਿਸ ਨੇ ਦਿੱਤਾ ਇਸ ਹੀਰੇ ਨੂੰ ਪਾਉਣ ਲਈ ਕਿੰਨੀਆਂ ਜੰਗਾਂ ਹੋਈਆਂ ਕਿੰਨੇ ਬਾਦਸ਼ਾਹਾਂ ਦੇ ਕਤਲ ਹੋਏ ਕਿੰਨੇ ਧੋਖੇ ਹੋਏ ਕਿੰਨੇ ਲੋਕਾਂ ਦੀ ਕਿਸਮਤ ਇਸ ਹੀਰੇ ਨੇ ਚਮਕਾਈ ਤੇ ਕਿੰਨੇ ਲੋਕਾਂ ਨੂੰ ਇਸ ਕੋਹਿੰੂਰ ਹੀਰੇ ਨੇ ਬਰਬਾਦ ਕੀਤਾ ਮਹਾਰਾਜਾ ਰਣਜੀਤ ਸਿੰਘ ਕੋਲ ਕਿਵੇਂ ਪਹੁੰਚਿਆ ਇਹ ਹੀਰਾ ਤੇ ਅੰਗਰੇਜ਼ ਕਿਵੇਂ ਪੰਜਾਬ ਤੋਂ ਲੈ ਗਏ ਕੋਹਿੰੂਰ ਹੀਰਾ ਕਈ ਇਤਿਹਾਸਕਾਰ ਕੋਹਿੰੂਰ ਹੀਰੇ ਨੂੰ ਖੂਨੀ ਹੀਰਾ ਕਿਉਂ ਆਖਦੇ ਨੇ ਅੱਜ ਜਾਣਾਂਗੇ ਕੋਹਿੰੂਰ ਹੀਰੇ ਦਾ ਪੂਰਾ ਇਤਿਹਾਸ ਇਤਿਹਾਸਕਾਰ ਦੱਸਦੇ ਨੇ ਕਿ ਕੋਹੀਨੂਰ ਹੀਰਾ ਅੱਜ ਤੋਂ ਤਕਰੀਬਨ 5000 ਸਾਲ ਪਹਿਲਾਂ ਗੋਲਕੁੰਡਾ ਦੀਆਂ ਖਦਾਨਾਂ 'ਚੋਂ ਮਿਲਿਆ ਸੀ ਗੋਲਕੁੰਡਾ ਜਿਹੜਾ ਅੱਜ ਦੇ ਟਾਈਮ 'ਚ ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਦੇ ਇਲਾਕੇ ਨੇ ਉਦੋਂ ਕਾਕਤਿਆਂ ਦਾ ਰਾਜ ਹੁੰਦਾ ਸੀ ਉੱਥੇ ਜਦੋਂ ਇਹ ਹੀਰਾ ਉਦੋਂ ਨਿਕਲਿਆ ਸੀ ਤਾਂ ਅੱਜ ਦੇ ਹੀਰੇ ਨਾਲੋਂ ਤਕਰੀਬਨ 4-5 ਗੁਣਾ ਵੱਡਾ ਸੀਗਾ 793 ਕੈਰੇਟ ਦਾ ਸੀ ਉਸ ਟਾਈਮ ਤੇ ਕੋਹੀਨੂਰ ਹੀਰਾ ਤੇ ਅੱਜ ਰਹਿ ਗਿਆ ਇਹ ਤਕਰੀਬਨ 106 ਕੈਰੇਟ ਦਾ ਇਹ ਇੰਨਾ ਵੱਡਾ ਹੀਰਾ ਇੰਨਾ ਛੋਟਾ ਕਿਵੇਂ ਹੋ ਗਿਆ ਇਹਦਾ ਪੂਰਾ ਤੁਹਾਨੂੰ ਇਤਿਹਾਸ ਦੱਸਾਂਗੇ ਕਿੱਥੋਂ ਕਿੱਥੋਂ ਹੁੰਦਾ 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 ਇਹ ਕਿਵੇਂ ਅੱਜ ਇੰਗਲੈਂਡ ਪਹੁੰਚ ਗਿਆ ਜਦੋਂ ਇਹ ਹੀਰਾ ਮਿਲਿਆ ਸੀ ਉਸ ਟਾਈਮ ਤੇ ਮੈਂ ਦੱਸਿਆ ਜਿਵੇਂ ਵੀ ਕਾਕਤਿਆ ਉੱਥੇ ਰਾਜ ਕਰਦੇ ਸੀ ਇੰਨਾ ਵੱਡਾ ਇੱਕ ਚਮਕਦਾਰ ਹੀਰਾ ਜਦੋਂ ਇਹ ਲੋਕਾਂ ਨੂੰ ਮਿਲਿਆ ਤਾਂ ਉਹਨਾਂ ਨੇ ਇਹ ਹੀਰਾ ਪੱਦਰਕਾਲੀ ਮਾਤਾ ਦੇ ਮੰਦਿਰ ਚ ਇੱਕ ਮੂਰਤੀ ਦੀ ਖੱਬੀ ਅੱਖ ਚ ਲਗਾ ਦਿੱਤਾ ਉੱਥੇ ਹੀਰਾ ਇਹ ਬਹੁਤ ਟਾਈਮ ਲੱਗਿਆ ਰਿਆ ਉਸ ਤੋਂ ਬਾਅਦ ਆਇਆ ਖਿਲਜੀ ਅਲਾਉਦੀਨ ਖਿਲਜੀ ਜਿਹੜਾ ਹੁਣ ਮੂਵੀ ਵੀ ਦੇਖੀ ਹੋਣੀ ਆ ਪਦਮਾਵਤ ਆਪਾ ਅਲਾਉਦੀਨ ਖਿਲਜੀ ਜਦੋਂ ਭਾਰਤ ਤੇ ਹਮਲਾ ਕਰਦਾ ਤਾਂ ਉਹ ਆਪਣੇ ਕਮਾਂਡਰ ਮਲਿਕ ਕਫੂਰ ਦੀ ਜ਼ਿੰਮੇਵਾਰੀ ਲਾਉਂਦਾ ਉਹਨੂੰ ਭੇਜਦਾ ਹੋ ਮਲਿਕ ਕਫੂਰ ਵੀ ਤੁਸੀਂ ਦੇਖਿਆ ਹੋਣਾ ਅਲਾਉਦੀਨ ਖਿਲਜੀ ਦਾ ਸਭ ਤੋਂ ਖਾਸ ਬੰਦਿਆਂ ਚ ਇੱਕ ਸੀਗਾ ਤੇ ਸਭ ਤੋਂ ਪ੍ਰੋਸਾਹੋ ਮਲਿਕ ਕਫੂਰ ਤੇ ਕਰਦਾ ਸੀਗਾ ਮਲਿਕ ਕਫੂਰ ਫਿਰ ਆਉਂਦਾ ਇੱਥੇ ਕਾਕਤਿਆਂ ਦੇ ਰਾਜ ਚ ਉੱਥੇ ਆ ਕੇ ਫਿਰ ਉਹ ਲੁੱਟ ਖੋ ਮਚਾਉਂਦਾ ਹੈ ਹੁਣ ਆਪਾਂ ਇਤਿਹਾਸ ਦੀਆਂ ਕਿਤਾਬਾਂ ਚ ਬਹੁਤ ਪੜਿਆ ਹੋਣਾ ਕਿ ਬਾਬਰ ਨੇ ਇੰਨੇ ਮੰਦਰ ਢਾਏ ਆ ਕੇ ਖਿਲਜੀ ਨੇ ਇੰਨੇ ਮੰਦਰ ਢਾਏ ਗਜਨੀ ਨੇ ਇੰਨੇ ਮੰਦਰ ਢਾਏ ਉਹਨੇ ਮੰਦਰ ਕਿਉਂ ਢਾਉਂਦੇ ਸੀ ਕਿਉਂਕਿ ਸਭ ਤੋਂ ਜ਼ਿਆਦਾ ਜਿਹੜਾ ਖਜ਼ਾਨਾ ਹੁੰਦਾ ਸੀ ਭਾਰਤ ਚ ਉਸ ਟਾਈਮ ਤੇ ਉਹ ਮੰਦਰਾਂ ਚ ਹੁੰਦਾ ਸੀ ਅਲਾਉਦੀਨ ਖਿਲਜੀ ਦਾ ਕਮਾਂਡਰ ਮਲਿਕ ਕਫੂਰ ਜਦੋਂ ਉਹ ਮੰਦਰ ਚ ਲੁੱਟਖੋ ਮਚਾ ਕੇ ਉੱਥੇ ਲੋਕਾਂ ਨੂੰ ਮਾਰ ਕੇ ਵਾਪਸ ਮੁੜ ਰਿਹਾ ਹੁੰਦਾ ਤਾਂ ਉਹਦੀ ਨਜ਼ਰ ਪੈਂਦੀ ਆ ਉਹ ਮੂਰਤੀ ਦੀ ਅੱਖ ਚ ਜੜੇ ਇੱਕ ਚਮਕ ਰਹੇ ਉਸ ਹੀਰੇ ਤੇ ਤਾਂ ਉਸ ਟਾਈਮ ਤੇ ਕਫੂਰ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਜਾਂਦੀਆਂ ਕਿਉਂਕਿ ਉਹ ਹੀਰਾ ਐ ਲੱਗ ਰਿਹਾ ਸੀ ਜਿਵੇਂ ਕੋਈ ਹਜ਼ਾਰਾਂ ਹੀ ਰਾਤਾਂ ਚ ਇੱਕ ਚਮਕਦਾ ਸੂਰਜ ਹੋਵੇ ਉਹ ਹੀਰੇ ਦੀ ਚਮਕ ਤੇ ਰੋਸ਼ਨੀ ਨਾਲ ਪੂਰਾ ਮੰਦਿਰ ਚਮਕ ਰਿਹਾ ਸੀ ਤਾਂ ਹੁਣ ਇਹ ਲੁਟੇਰਾ ਸੀ ਤਾਂ ਉਹ ਕੀਮਤੀ ਹੀਰੇ ਨੂੰ ਕਿਵੇਂ ਛੱਡ ਸਕਦਾ ਸੀ ਇਹ ਮੂਰਤੀ ਦੀ ਅੱਖ ਚੋਂ ਹੀਰਾ ਕੱਢਦਾ ਹੈ ਕਫੂਰ ਤੇ ਬਾਕੀ ਲੁੱਟੇ ਹੋਏ ਮਾਲ ਦੇ ਨਾਲ ਲੈ ਜਾਂਦਾ ਹੈ ਉਹ ਹੀਰੇ ਨੂੰ ਹੁਣ ਅਲਾਉਦੀਨ ਖਿਲਜੀ ਦੀ ਕਿਸਮਤ ਨਾਲ ਇਹ ਹੀਰਾ ਜੁੜ ਜਾਂਦਾ ਇਹ ਹੀਰੇ ਦੀ ਲੁੱਟ ਤੋਂ ਤਕਰੀਬਨ 6 ਸਾਲ ਬਾਅਦ ਹੀ ਅਲਾਉਦੀਨ ਖਿਲਜੀ ਦਾ ਬੜੀ ਬੇਨੈਮੀ ਨਾਲ ਕਤਲ ਕਰ ਦਿੱਤਾ ਜਾਂਦਾ ਤੇਈ ਇਤਿਹਾਸਕਾਰ ਇਹ ਵੀ ਲਿਖਦੇ ਨੇ ਕਿ ਇਹ ਮਲਿਕ ਕਫੂਰ ਜਿਹੜਾ ਉਹਦਾ ਕਮਾਂਡਰ ਸੀ ਇਹਨੇ ਹੀ ਇਹਦਾ ਕਤਲ ਕੀਤਾ ਕਈਆਂ ਦੀ ਰਾਏ ਕੁਝ ਹੋਰ ਆ ਪਰ ਇਹ ਹੀਰਾ ਉਸ ਤੋਂ ਬਾਅਦ ਆ ਜਾਂਦਾ ਮਲਿਕ ਕਫੂਰ ਕੋਲ ਉਹ ਰਾਜ ਵੀ ਦਬ ਲੈਦਾ ਹੈ ਤੇ ਤਕਰੀਬਨ 4-5 ਸਾਲਾਂ ਚ ਜਿਹੜਾ ਇੰਨਾ ਵੱਡਾ ਰਾਜ ਸੀਗਾ ਖਿਲਜੀਆ ਦਾ ਉਹ ਢੈ ਢੇਰੀ ਹੋ ਜਾਂਦਾ 1320 ਚ ਖਿਲਜੀ ਸਲਤਨਤ ਦਾ ਅੰਤ ਹੋ ਜਾਂਦਾ ਖਿਲਜੀਆ ਤੋਂ ਬਾਅਦ ਭਾਰਤ ਤੇ ਰਾਜ ਕਰਦੇ ਨੇ ਤੁਗਲਕ 93 ਸਾਲ ਰਾਜ ਕਰਦੇ ਨੇ ਫਿਰ ਆਉਂਦੇ ਨੇ ਸੈयद ਸੈयद 31 ਸਾਲ ਰਾਜ ਕਰਦੇ ਨੇ ਫਿਰ ਆਉਂਦੇ ਨੇ ਲੋਧੀ ਲੋਧੀ ਜਿਹੜੇ ਲੁਧਿਆਣਾ ਹੈ ਜਿਹੜਾ ਉਹ ਵੀ ਲੋਧੀਆਂ ਦੇ ਨਾਮ ਤੇ ਬਣਿਆ ਹੋਇਆ ਇਹ ਤਿੰਨੋਂ ਮਿਲਾ ਕੇ ਤਕਰੀਬਨ 2067 ਸਾਲ ਰਾਜ ਇਹਨਾਂ ਦਾ ਚੱਲਦਾ ਹੈ ਉਹ 2067 ਸਾਲਾਂ ਚ ਕੋਹੀਨੂਰ ਹੀਰਾ ਕਿਹਦੇ ਕੋਲ ਸੀਗਾ ਇਤਿਹਾਸ ਚ ਇਹਦਾ ਕੋਈ ਜ਼ਿਕਰ ਨਹੀਂ ਆਉਂਦਾ ਇਹਦਾ ਇੱਕ ਕਾਰਨ ਇਹ ਵੀ ਹੋ ਸਕਦਾ ਕਿ ਉਹਨਾਂ ਵਾਸਤੇ ਹੋ ਸਕਦਾ ਇਹ ਹੀਰਾ ਇੰਨਾ ਇੰਪੋਰਟੈਂਟ ਨਾ ਹੋਵੇ ਕਦੋਂ ਆ ਕੇ ਇਹਦੀ ਇੰਪੋਰਟੈਂਸ ਵਧੀ ਇਹ ਵੀ ਫਿਰ ਤੁਹਾਨੂੰ ਦੱਸਾਂਗੇ ਲੋਧੀਆਂ ਦਾ ਰਾਜ ਚੱਲ ਰਿਹਾ ਹੁੰਦਾ ਭਾਰਤ ਤੇ ਤੇ ਲੋਧੀਆਂ ਦੇ ਰਾਜ ਨੂੰ ਤਹਸ ਨਹਸ ਕਰਨ ਵਾਸਤੇ 16ਵੀਂ ਸਦੀ ਚ ਆਉਂਦਾ ਹੈ ਬਾਬਰ ਬਾਬਰ ਜਿਹੜਾ ਇਬਰਾਹਿਮ ਲੋਧੀ ਨੂੰ ਹਰਾ ਕੇ ਮੁਗਲ ਰਾਜ ਕਾਇਮ ਕਰਦਾ ਭਾਰਤ ਚ ਮੁਗਲਾਂ ਦਾ ਪਹਿਲਾ ਬਾਦਸ਼ਾਹ ਬਣਦਾ ਜਿਹੜਾ ਪਾਨੀਪਤ ਚ ਦੀ ਜੰਗ ਹੋਈ ਸੀ ਪਾਨੀਪਤ ਚ ਇਬਰਾਹਿਮ ਲੋਧੀ ਨੂੰ ਹਰਾਉਂਦਾ ਬਾਬਰ ਤੇ ਆਪਦੇ ਪੁੱਤ ਹਮਾਈਉ ਨੂੰ ਭੇਜ ਦਿੰਦਾ ਆਗਰੇ ਆਗਰੇ ਤਾਂ ਭੇਜਦਾ ਕਿਉਂਕਿ ਉਹਨੂੰ ਪਤਾ ਸੀ ਜਿਹੜਾ ਲੋਧੀਆਂ ਦਾ ਖਜ਼ਾਨਾ ਹੈ ਉਹ ਆਗਰੇ ਆ ਹਮਾਈਉ ਜਾਂਦਾ ਆਗਰੇ ਹਮਾਈਉ ਸਾਰਾ ਖਜ਼ਾਨਾ ਲੁੱਟਦਾ ਤੇ ਉਸੇ ਹੀ ਖਜ਼ਾਨੇ ਦੇ ਨਾਲ ਉਹਨੂੰ ਕੋਹੀਨੂਰ ਹੀਰਾ ਮਿਲਦਾ ਹੈ ਮੈਂ ਇੱਥੇ ਦੋ মত ਨੇ ਇਤਿਹਾਸਕਾਰਾਂ ਦੇ ਇੱਕ ਕਹਿੰਦੇ ਨੇ ਕਿ ਗਵਾਲੀਅਰ ਦੇ ਰਾਜੇ ਦਾ ਪਰਿਵਾਰ ਉਹ ਆਗਰੇ ਦੇ ਕਿਲੇ 'ਚ ਮੌਜੂਦ ਸੀ ਤੋਸ਼ਖਾਨੇ 'ਚ ਮੌਜੂਦ ਸੀ ਉਹਨਾਂ ਨੇ ਹੀਰਾ ਹਮਾਈਉ ਨੂੰ ਦਿੱਤਾ ਦੂਸਰੇ ਕਹਿੰਦੇ ਨੇ ਕਿ ਬਾਬਰ ਨੂੰ ਇਬਰਾਹਿਮ ਲੋਧੀ ਨੇ ਇਹ ਹੀਰਾ ਦਿੱਤਾ ਜਦੋਂ ਬਾਬਰ ਨੇ ਪਾਣੀਪਤ 'ਚ ਇਬਰਾਹਿਮ ਲੋਧੀ ਨੂੰ ਹਰਾਇਆ ਜਿਨੇ ਵੀ ਦਿੱਤਾ ਪਰ ਇਹ ਗੱਲ ਤਾਂ ਪੱਕੀ ਆ ਕਿ ਹੀਰਾ ਬਾਬਰ ਨੂੰ ਮਿਲਿਆ ਇਸ ਹੀਰੇ ਦਾ ਪਹਿਲੀ ਵਾਰ ਲਿਖਿਤ ਜ਼ਿਕਰ ਬਾਬਰਨਾਮਾ ਚੋਂ ਦਾ ਬਾਬਰਨਾਮਾ ਕਿਤਾਬ ਜਿਹੜੀ ਬਾਬਰ ਦੀ ਜ਼ਿੰਦਗੀ ਤੇ ਲਿਖੀ ਹੋਈ ਸੀ ਹੁਣ ਬਾਬਰ ਕੋਲ ਆਉਣ ਤੱਕ ਇਸ ਹੀਰੇ ਦਾ ਕੋਈ ਨਾਮ ਨਹੀਂ ਸੀ ਬੇਨਾਮਾ ਸੀ ਇਹ ਹੀਰਾ ਬਾਬਰ ਹੋਣਾ ਨੇ ਜਾਂ ਮੁਗਲਾਂ ਨੇ ਕੋਈ ਨਾਮ ਨਹੀਂ ਦਿੱਤਾ ਇਸ ਹੀਰੇ ਨੂੰ ਲੋਕ ਬਾਬਰ ਦਾ ਹੀਰਾ ਕਹਿਣ ਲੱਗ ਜਾਂਦੇ ਨੇ ਇਹਨੂੰ ਬਾਬਰ ਦੀ ਮੌਤ ਤੋਂ ਬਾਅਦ ਇਹ ਹੀਰਾ ਜਾਂਦਾ ਹੈ ਉਹਦੇ ਪੁੱਤ ਹਮਾਇਉ ਕੋਲ ਤਕਰੀਬਨ 10 ਸਾਲਾਂ ਬਾਅਦ ਹੀ ਸ਼ੇਰ ਸਾ ਸੂਰੀ ਬਾਬਰ ਦੀ ਹੀ ਫੌਜ ਦਾ ਇੱਕ ਕਮਾਂਡਰ ਹਮਾਇਉ ਨੂੰ ਹਰਾ ਦਿੰਦਾ ਹੈ ਤੇ ਹਮਾਇਉ ਨੂੰ ਜੰਗ ਦੇ ਮੈਦਾਨ ਚੋਂ ਫਿਰ ਦੇਸ਼ ਛੱਡ ਕੇ ਭੱਜਣਾ ਪੈਂਦਾ ਉਦੋਂ ਜੰਗ ਚੋਂ ਭੱਜਿਆ ਹਮਾਇਉ ਫਿਰ ਜਾਂਦੇ ਹੋਏ ਮਿਲਦਾ ਹੈ ਦੂਸਰੇ ਸਿੱਖ ਗੁਰੂ ਗੁਰੂ ਅੰਗਦ ਸਾਹਿਬ ਨੂੰ ਭਾਰਤ ਚੋਂ ਭਜਦਾ ਭਜਦਾ ਇਹ ਫਿਰ ਪਹੁੰਚਦਾ ਹੈ ਈਰਾਨ ਈਰਾਨ ਜਾ ਕੇ ਫਿਰ ਉੱਥੋਂ ਦਾ ਇੱਕ ਬਾਦਸ਼ਾਹ ਸੀ ਈਰਾਨ ਦਾ ਸ਼ਾਹ ਤਮਸ ਉਹ ਇਹਦੀ ਬੜੀ ਮਦਦ ਕਰਦਾ ਹੈ ਉੱਥੇ ਰਹਿ ਕੇ ਫਿਰ ਇਹ ਆਪਣੀ ਫੌਜ ਨੂੰ ਤਕੜੇ ਕਰਦਾ ਹੈ ਤੇ ਤਕੜਾ ਹੋ ਕੇ ਫਿਰ ਇਹ ਦੁਬਾਰਾ ਭਾਰਤ ਤੇ ਹਮਲਾ ਕਰਦਾ ਹੈ ਤੇ ਫੇਰ ਬਾਦਸ਼ਾਹ ਬਣ ਜਾਂਦਾ ਹੈ ਭਾਰਤ ਦਾ ਹਮਾਈਉ ਪਰ ਈਰਾਨ ਤੋਂ ਵਾਪਸ ਆਉਂਦੇ ਸਮੇ ਇਹ ਉਹ ਹੀਰਾ ਬਾਬਰ ਦਾ ਉਹ ਹੀਰਾ ਜਿਹਨੇ ਬਾਅਦ ਚੋਂ ਜਾ ਕੇ ਕੋਹੀਨੂਰ ਹੀਰਾ ਬਨਣਾ ਸੀ ਉਹ ਬੇਸ਼ਕੀਮਤੀ ਹੀਰਾ ਇਹ ਆਪਦੇ ਦੋਸਤ ਈਰਾਨ ਦੇ ਬਾਦਸ਼ਾਹ ਸ਼ਾਹ ਤਮਸਪ ਨੂੰ ਗਿਫਟ ਕਰਿਆ ਹੁੰਦਾ ਕਿ ਤੂੰ ਮੇਰੀ ਮਦਦ ਕੀਤੀ ਆ ਤੋਹਫੇ ਚ ਉਹਨੂੰ ਦੇ ਆਉਂਦਾ ਉਹ ਹੀਰਾ ਇੱਥੇ ਪਹਿਲੀ ਵਾਰ ਸੀਗਾ ਕਿ ਇਹ ਬੇਸ਼ਕੀਮਤੀ ਹੀਰਾ ਭਾਰਤ ਤੋਂ ਬਾਹਰ ਦੇ ਕਿਸੇ ਬੰਦੇ ਕੋਲ ਜਾਂਦਾ ਹੈ ਜਾਂ ਭਾਰਤ ਤੋਂ ਬਾਹਰ ਦਾ ਕੋਈ ਬੰਦਾ ਇਹਦਾ ਮਾਲਕ ਬਣਦਾ ਹੈ ਪਰ ਇਹ ਹੀਰੇ ਦੀ ਕਿਸਮਤ ਚ ਭਾਰਤ ਦੀ ਮਿੱਟੀ ਹੀ ਲਿਖੀ ਹੋਈ ਸੀ ਸ਼ਾ ਤਮਸਪ ਜਿਹੜਾ ਈਰਾਨ ਦਾ ਬਾਦਸ਼ਾਹ ਸੀ ਉਹ ਥੋੜੇ ਸਮੇਂ ਬਾਅਦ ਹੀ ਫੈਸਲਾ ਕਰਦਾ ਏ ਇਸ ਹੀਰੇ ਨੂੰ ਭਾਰਤ ਦੇ ਦੱਖਣ ਚ ਅਹਿਮਦਨਗਰ ਦੇ ਇੱਕ ਸੁਲਤਾਨ ਨੂੰ ਤੋਹਫੇ ਵਜੋਂ ਭੇਜਣ ਲਈ ਕਿਉਂਕਿ ਉਸ ਟਾਈਮ ਤੇ ਸਿਆ ਸੁੰਨੀਆਂ ਦਾ ਬਹੁਤ ਕਲੈਸ਼ ਚੱਲ ਰਿਹਾ ਸੀ ਉਹਨਾਂ ਦੀ ਖਿੱਚੋ ਤਾਣੀ ਚੱਲ ਰਹੀ ਸੀ ਕਿਉਂਕਿ ਜਿਹੜਾ ਉਹ ਈਰਾਨ ਦਾ ਬਾਦਸ਼ਾਹ ਸੀਗਾ ਤਮਸਪ ਉਹ ਦੋਸਤੀ ਕਰਨਾ ਚਾਹੁੰਦਾ ਸੀਗਾ ਭਾਰਤ ਦੇ ਇਸ ਸੁਲਤਾਨ ਨਾਲ ਅਹਿਮਦਨਗਰ ਦੇ ਸੁਲਤਾਨ ਨਾਲ ਉਹਨੂੰ ਖੁਸ਼ ਕਰਨ ਵਾਸਤੇ ਜਾਂ ਉਹਦੀ ਦੋਸਤੀ ਜਿੱਤਣ ਵਾਸਤੇ ਫਿਰ ਇਹ ਬੇਸ਼ਕੀਮਤੀ ਹੀਰਾ ਉਹਨੂੰ ਭੇਜਣ ਦਾ ਫੈਸਲਾ ਕਰਦਾ ਹੈ ਤਮਸ ਇੱਕ ਸਪੈਸ਼ਲ ਕਿਸੇ ਦੂਤ ਨੂੰ ਚੁਣਿਆ ਜਾਂਦਾ ਹੈ ਜਿਹੜਾ ਹੀਰਾ ਲੈ ਕੇ ਜਾਊਗਾ ਕਾਫਲੇ ਦੇ ਨਾਲ ਈਰਾਨ ਤੋਂ ਭਾਰਤ ਉਹ ਦੂਤ ਰਾਹ 'ਚ ਹੀ ਗਾਇਬ ਹੋ ਜਾਂਦਾ ਹੈ ਪਤਾ ਹੀ ਨਹੀਂ ਚੱਲਦਾ ਉਹ ਕਿੱਧਰ ਗਿਆ ਉਹ ਦੂਤ ਦੇ ਨਾਲ ਹੀਰਾ ਵੀ ਕਿਤੇ ਗਾਇਬ ਹੋ ਜਾਂਦਾ ਬੜਾ ਲੱਭਿਆ ਜਾਂਦਾ ਪਰ ਨਾ ਉਹ ਬੰਦਾ ਮਿਲਦਾ ਦੂਤ ਮਿਲਦਾ ਨਾ ਹੀ ਉਹ ਹੀਰਾ ਮਿਲਦਾ ਸਮਾਂ ਵਰ ਸਿੱਧਾ ਲੰਘਦਾ ਇਥੋਂ 100 ਸਾਲ ਬੀਤ ਜਾਂਦੇ ਨੇ ਹੁਣ ਤਕਰੀਬਨ ਇਸ ਬਾਬਰੀ ਹੀਰੇ ਦੇ ਨਾਲ ਜੁੜੇ ਹੋਏ ਸਾਰੇ ਲੋਕ ਦੁਨੀਆ ਛੱਡ ਚੁੱਕੇ ਨੇ ਤੇ ਲੋਕਾਂ ਦੇ ਜ਼ਿਹਨ ਚੋਂ ਵੀ ਇਹ ਹੀਰਾ ਮਿਟ ਚੁੱਕਿਆ ਹੈ ਗਾਇਬ ਹੋਣ ਤੋਂ ਤਕਰੀਬਨ 100 ਸਾਲ ਬਾਅਦ ਇਹ ਹੀਰਾ ਭਾਰਤ ਦੇ ਕਰਨਾਟਕਾ ਚ ਮੀਰ ਜੁਮਲਾ ਨਾਮ ਦੇ ਇੱਕ ਹੀਰਿਆਂ ਦੇ ਵਪਾਰੀ ਕੋਲ ਦੇਖਿਆ ਜਾਂਦਾ ਬੜਾ ਅਮੀਰ ਵਪਾਰੀ ਜੀ ਦੀ ਬਹੁਤ ਜ਼ਿਆਦਾ ਜ਼ਮੀਨ ਸੀ ਉੱਥੇ ਇਹ ਵੀ ਈਰਾਨ ਦਾ ਸੀਗਾ ਮੇਰ ਜ਼ੁਮਲਾ ਵੀ ਈਰਾਨ ਦਾ ਸੀਗਾ ਪਹਿਲਾਂ ਇਹ ਕਾਲਾ ਬਜਾਰੀ ਕਰਦਾ ਹੁੰਦਾ ਸੀ ਉੱਥੋਂ ਫਿਰ ਇਹ ਬਣ ਗਿਆ ਹੀਰਿਆਂ ਦਾ ਵਪਾਰੀ ਹੀਰਿਆਂ ਦਾ ਵਪਾਰੀ ਆ ਤਾਂ ਬਹੁਤ ਤਕੜਾ ਬੰਦਾ ਹੋਊਗਾ ਆਬਵੀਅਸਲੀ ਇਹਦੇ ਫਿਰ ਸਿੰਘ ਫਸ ਗਏ ਜਿਹੜੇ ਉੱਥੋਂ ਦੇ ਕਰਨਾਟਕਾ ਦੇ ਜਿਹੜੇ ਹੁਕਮਰਾਨ ਸੀ ਉਹਨਾਂ ਦੇ ਨਾਲ ਇਹਨੂੰ ਡਰ ਪੈਦਾ ਹੋ ਗਿਆ ਕਿ ਯਾਰ ਇਹ ਮੇਰੀ ਪ੍ਰਾਪਰਟੀ ਦੱਬਣਗੇ ਇਧਰੋਂ ਉਹਨਾਂ ਨੂੰ ਵੀ ਡਰ ਸੀ ਵੀ ਇਹ ਇੰਨਾ ਤਕੜਾ ਬੰਦਾ ਗਰੋ ਕਰੀ ਜਾ ਰਿਹਾ ਕਿ ਇਹ ਬੰਦਾ ਸਾਨੂੰ ਢਾਊਗਾ ਇੰਨਾ ਤਕੜਾ ਬੰਦਾ ਹੈ ਤਾਂ ਮੀਰ ਜੁਮਲਾ ਫਿਰ ਇੱਥੇ ਕੀ ਕਰਦਾ ਹੈ ਮੀਰ ਜੁਮਲਾ ਫੈਸਲਾ ਕਰਦਾ ਹੈ ਕਿ ਯਾਰ ਇਹ ਮੈਨੂੰ ਦੱਬਣ ਇਸ ਤੋਂ ਪਹਿਲਾਂ ਮੈਂ ਜਿਹੜਾ ਇਹਨਾਂ ਦਾ ਬੌਸ ਹੈ ਜਿਹੜਾ ਇਹਨਾਂ ਦਾ ਆਕਾ ਹੈ ਮੈਂ ਜਾ ਕੇ ਸਿੱਧਾ ਉਹਨੂੰ ਮਿਲਾਂ ਫਿਰ ਮੀਰ ਜੁਮਲਾ ਉੱਥੋਂ ਭੱਜਦਾ ਕਰਨਾਟਕਾ ਤੋਂ ਸਿੱਧਾ ਦਿੱਲੀ ਦਿੱਲੀ ਤਖਤ ਮੁਗਲਾਂ ਦੇ ਬਾਦਸ਼ਾਹ ਸ਼ਾਹਜਹਾਨ ਨੂੰ ਜਾ ਕੇ ਮਿਲਦਾ ਹੁਣ ਜਦੋਂ ਇਹ ਮਿਲ ਰਿਹਾ ਇੰਨੇ ਵੱਡੇ ਬਾਦਸ਼ਾਹ ਨੂੰ ਦਿੱਲੀ ਦੇ ਬਾਦਸ਼ਾਹ ਨੂੰ ਜਦੋਂ ਮਿਲ ਰਿਹਾ ਤਾਂ ਉਦੋਂ ਜੋ ਵੀ ਮਿਲ ਜਾਂਦੇ ਸੀ ਬਾਦਸ਼ਾਹ ਨੂੰ ਉਹ ਨਜ਼ਰਾਨਾ ਲੈ ਕੇ ਜਾਂਦੇ ਸੀ ਮੀਰ ਜਮਲਾਫਰ ਇਹ ਬੇਸ਼ਕੀਮਤੀ ਹੀਰੇ ਨੂੰ ਨਜ਼ਰਾਨੇ ਦੇ ਤੌਰ ਤੇ ਸ਼ਾਹਜਹਾਂ ਨੂੰ ਭੇਂਟ ਕਰਦਾ ਹੁਣ ਕਿਸਮਤ ਦੇਖੋ ਇਹ ਹੀਰੇ ਦੀ ਕਿਵੇਂ ਘੁੰਮ ਰਿਆ ਪਹਿਲਾਂ ਗੋਲਗੁੰਡਾ ਤੋਂ ਦਿੱਲੀ ਫਿਰ ਦਿੱਲੀ ਤੋਂ ਈਰਾਨ ਈਰਾਨ ਤੋਂ ਗਾਇਬ ਹੋ ਗਿਆ ਗਾਇਬ ਹੁੰਦਾ ਹੁੰਦਾ ਫੇਰ ਇਹਦੀ ਕਿਸਮਤ ਇਹਨੂੰ ਦਿੱਲੀ ਲੈ ਆਈ ਇੱਥੇ ਜਦੋਂ ਹੁਣ ਮੁਗਲ ਦਰਬਾਰ 'ਚ ਉਹ ਹੀਰੇ ਦੇ ਆਉਣ ਦੀ ਖਬਰ ਮਿਲੀ ਇੱਕ ਵੱਡਾ ਹੀਰਾ ਹੀਰੇ ਹੋਰ ਵੀ ਬਹੁਤ ਸੀਗੇ ਮੁਗਲਾਂ ਕੋਲ ਪਰ ਇਹ ਹੀਰੇ ਚ ਕੁਝ ਗੱਲ ਅਲੰਗ ਸੀਗੀ ਮੁਗਲਾਂ ਨੂੰ ਬਹੁਤ ਸ਼ੌਂਕ ਸੀਗਾ ਹੀਰਿਆਂ ਦਾ ਤੁਸੀਂ ਫੋਟੋਆਂ ਚ ਵੀ ਦੇਖੋ ਹੀਰਿਆਂ ਨਾਲ ਲੱਦੇ ਹੁੰਦੇ ਸੀ ਮੁਗਲ ਈਵਨ ਇਹ ਵੀ ਆ ਕਿ ਉਹਨਾਂ ਦੇ ਘੋੜੇ ਹਾਥੀਆਂ ਤੇ ਵੀ ਹੀਰੇ ਲਾਏ ਹੁੰਦੇ ਸੀ ਜਿਹੜੇ ਉਹ ਮਹਿਲ ਬਣਾਉਂਦੇ ਸੀ ਉਹ ਵੀ ਹੀਰਿਆਂ ਨਾਲ ਜੜੇ ਹੁੰਦੇ ਸੀ ਤਾਂ ਇਹ ਹੀਰਾ ਬਾਕੀ ਸਾਰੇ ਹੀਰਿਆਂ ਨਾਲੋਂ ਅਲੱਗ ਸੀ ਬਹੁਤ ਵੱਡਾ ਸੀ ਇਹ ਹੀਰਾ ਬਹੁਤ ਚਮਕਦਾਰ ਹੀਰਾ ਸੀ ਇਹ ਹੁਣ ਮੁਗਲ ਦਰਬਾਰ ਦੇ ਜਿਹੜੇ ਸੂਝਵਾਨ ਲੋਕ ਸੀ ਪੁਰਾਣੇ ਉਨ੍ਹਾਂ ਚ ਇਹ ਚਰਚਾ ਛਿੜ ਗਈ ਕਿ ਇਹ ਹੀਰਾ ਉਹੀ ਹੀਰਾ ਹੈ ਜਿਹੜਾ ਬਾਬਰ ਦਾ ਹੀਰਾ 100 ਸਾਲ ਪਹਿਲਾਂ ਗੁੰਮ ਹੋਇਆ ਸੀ ਕਿਉਂਕਿ ਇਹ ਹੀਰਾ ਤੇ ਉਹ ਹੀਰਾ ਬਹੁਤ ਗੱਲਾਂ ਸਿਗੀਆਂ ਜਿਹੜੀਆਂ ਦੋਨਾਂ ਦੀਆਂ ਮਿਲਦੀਆਂ ਸਿਗੀਆਂ ਇੱਥੇ ਹੁਣ ਇਤਿਹਾਸਕਾਰਾਂ ਦੀਆਂ ਦੋ رائےਆਂ ਨੇ ਇੱਕ ਕਹਿੰਦੇ ਨੇ ਕਿ ਇਹ ਮੀਰ ਜੁਮਲੇ ਵਾਲਾ ਹੀਰਾ ਕੋਈ ਅਡ ਹੀਰਾ ਹੈ ਉਹ ਹੀਰਾ ਸੀਗਾ ਜਿਹੜਾ ਉਹ ਗੁੰਮ ਗਿਆ ਉਸ ਤੋਂ ਬਾਅਦ ਉਹ ਮਿਲਿਆ ਹੀ ਨਹੀਂ ਦੂਸਰੇ ਕਹਿੰਦੇ ਨੇ ਕਿ ਇਹ ਉਹੀ ਹੀਰਾ ਹੈ ਜਿਹੜਾ 100 ਸਾਲ ਪਹਿਲਾਂ ਗੁੰਮਿਆ ਤੇ ਉਦੋਂ ਦੇ ਲੋਕਾਂ ਨੇ ਵੀ ਜ਼ਿਆਦਾਤਰ ਇਹੀ ਮੰਨਿਆ ਕਿ ਇਹ ਉਹੀ ਹੀਰਾ ਹੈ ਜਿਹੜਾ ਗੁੰਮਿਆ ਸੀਗਾ 100 ਸਾਲ ਪਹਿਲਾਂ ਬਾਬਰ ਦਾ ਉਹੀ ਬੇਸ਼ਕੀਮਤੀ ਸਭ ਤੋਂ ਵੱਡਾ ਤੇ ਸਭ ਤੋਂ ਚਮਕਦਾਰ ਹੀਰਾ ਸ਼ਾਹਜਹਾਨ ਦੀ ਮੌਤ ਤੋਂ ਬਾਅਦ ਇਹ ਹੀਰਾ ਪਹੁੰਚਦਾ ਹੈ ਉਹਦੇ ਪੁੱਤਰ ਔਰੰਗਜ਼ੇਬ ਕੋਲ ਔਰੰਗਜ਼ੇਬ ਬਣਦਾ ਹੈ ਦਿੱਲੀ ਦਾ ਬਾਦਸ਼ਾਹ ਤੇ ਔਰੰਗਜ਼ੇਬ ਇਹਨੂੰ ਹੋਰ ਚਮਕਾਉਣਾ ਚਾਹੁੰਦਾ ਸੀ ਹੀਰੇ ਨੂੰ ਹੋਰ ਤਰਾਸ਼ਣਾ ਚਾਹੁੰਦਾ ਸੀ ਤਾਂ ਉਹ ਹੀਰਿਆਂ ਦੇ ਇੱਕ ਐਕਸਪਰਟ ਹਰ ਟੈਂਸ ਬੋਰਜੀਆ ਨੂੰ ਬੁਲਾਉਂਦਾ ਹੈ ਬਾਹਰਲੇ ਮੁਲਕ ਤੋਂ ਕਿ ਇਹ ਹੀਰੇ ਨੂੰ ਤਰਾਸ਼ ਕੇ ਹੋਰ ਸੋਨਾ ਬਣਾ ਤਾਂ ਬੋਰਜੀਆ ਤੋਂ ਉਹ ਹੀਰਾ ਤਰਾਸ਼ ਦੇ ਤਰਾਸ਼ ਦੇ ਟੁੱਟ ਜਾਂਦਾ ਹੈ ਕਈ ਟੁਕੜੇ ਹੋ ਜਾਂਦੇ ਨੇ ਉਹ ਹੀਰੇ ਦੇ ਡਰ ਜਾਂਦਾ ਹੈ ਉਹ ਪਰ ਉਹ ਥੋੜੀ ਚਲਾਕੀ ਖੇਡਦਾ ਹੈ ਕਿ ਉਹ ਜਿਹੜਾ ਉਹ ਟੁੱਟਿਆ ਹੋਇਆ ਪੀਸ ਸੀ ਉਹਨੂੰ ਹੀ ਤਰਾਸ਼ ਕੇ ਔਰੰਗਜੀਤ ਦੇ ਸਾਹਮਣੇ ਲੈ ਜਾਂਦਾ ਹੁਣ ਸੋਚੋ 793 ਕੈਰਟ ਦਾ ਹੀਰਾ ਤਕਰੀਬਨ ਇੰਨਾ ਵੱਡਾ ਹੀਰਾ ਟੁੱਟ ਕੇ ਉਹ 4 ਗੁਣਾ ਛੋਟਾ ਹੋ ਜਾਂਦਾ ਸਿਰਫ ਇੰਨਾ ਕੁ ਰਹਿ ਜਾਂਦਾ 793 ਕੈਰਟ ਦਾ ਇਹ ਹੀਰਾ ਬੋਰਜੀਆ ਉਹਨੂੰ 186 ਕੈਰਟ ਦਾ ਬਣਾ ਦਿੰਦਾ ਹੈ ਔਰੰਗਜ਼ੇਬ ਬੜਾ ਐਕਸਾਈਟਿਡ ਸੀ ਹੀਰੇ ਨੂੰ ਦੇਖਣ ਲਈ ਕਿਉਂਕਿ ਮੁਗਲ ਹੀਰਿਆਂ ਨੂੰ ਬੜਾ ਪਿਆਰ ਕਰਦੇ ਸੀ ਪਰ ਜਦੋਂ ਉਹ ਦੇਖਦਾ ਇਹ ਹੀਰਾ ਤਾਂ ਉਹ ਲਾਲ ਪੀਲਾ ਹੋ ਜਾਂਦਾ ਗੁੱਸੇ ਨਾਲ ਉਹ ਬੋਰਜੀਆ ਨੂੰ ਇਨਾਮ ਤਾਂ ਕੀ ਦੇਣਾ ਹੁੰਦਾ ਉਦੀ ਸਾਰੀ ਜਾਇਦਾਦ ਜ਼ਬਤ ਕਰ ਲੈਂਦਾ ਹੈ ਤੇ ਚੱਕ ਕੇ ਉਹਨੂੰ ਜੇਲ੍ਹ 'ਚ ਬੰਦ ਕਰ ਦਿੰਦਾ ਹੈ ਇੱਥੇ ਹੁਣ ਜਿਹੜਾ ਇਹ ਹੀਰੇ ਦੇ ਨਾਲੋਂ ਦੁਨੀਆ ਦੇ ਸਭ ਤੋਂ ਵੱਡੇ ਹੀਰੇ ਦਾ ਖਿਤਾਬ ਲੈ ਜਾਂਦਾ ਹੈ ਪਰ ਹਜੇ ਵੀ ਚਮਕ ਦੇ ਮਾਮਲੇ 'ਚ ਇਹ ਸਭ ਤੋਂ ਅੱਗੇ ਸੀ ਸਭ ਤੋਂ ਸੋਹਣਾ ਸੀ ਔਰੰਗਜ਼ੇ ਫਿਰ ਕੀ ਕਰਦਾ ਹੈ ਇਹ ਹੀਰੇ ਨੂੰ ਤਖਤੇ ਤਾਉਸ ਤੇ ਜੜਵਾ ਦਿੰਦਾ ਹੈ ਹੁਣੇ ਤਖਤੇ ਤਾਉਸ ਜਿਹੜਾ ਇਹ ਸ਼ਾਹਜਹਾਨ ਨੇ ਬਣਵਾਇਆ ਸੀ ਇੰਨਾ ਜ਼ਿਆਦਾ ਸੋਹਣਾ ਤੇ ਇੰਨਾ ਜ਼ਿਆਦਾ ਕੀਮਤੀ ਸੀਗਾ ਇਹ ਕਿ ਉਹਨਾਂ ਟਾਈਮਾਂ 'ਚ 1100 ਕਿਲੋ ਸੋਨਾ ਲੱਗਿਆ ਸੀ ਲਗਭਗ ਇਹ ਤਖਤੇ ਤਾਊਸ ਨੂੰ ਬਣਾਉਣ ਵਾਸਤੇ ਤਕਰੀਬਨ 2 ਕਰੋੜ ਰੁਪਇਆ ਖਰਚਾ ਆਇਆ ਸੀ ਉਸ ਟਾਈਮ ਤੇ ਤਾਜ ਮਹਿਲ ਤੋਂ ਦੁੱਗਣਾ ਖਰਚ ਇਸ ਤਖਤੇ ਤਾਊਸ ਬਣਾਉਣ ਤੇ ਆਇਆ ਸੀਗਾ ਇਹਨੂੰ ਮਯੂਰ ਸਿੰਘਾਸਨ ਵੀ ਕਹਿੰਦੇ ਸੀ ਕਿਉਂਕਿ ਤਖਤ ਦਾ ਮਤਲਬ ਸਿੰਘਾਸਨ ਤੇ ਤਾਊਸ ਦਾ ਮਤਲਬ ਮੋਰ ਮਯੂਰ ਇਹ ਤਖਤ ਦੇ ਉੱਪਰ ਦੋ ਮੋਰ ਲੱਗੇ ਹੋਏ ਸੀ ਤਾਂ ਇਹ ਹੀਰੇ ਨੂੰ ਔਰੰਗਜ਼ੇਬ ਤਖਤ ਤਾਊਸ ਉਹ ਮਯੂਰ ਸਿੰਘਾਸਨ ਦੇ ਇੱਕ ਮੋਰ ਦੀ ਅੱਖ ਚ ਜੜਵਾ ਦਿੰਦਾ ਹੈ ਔਰੰਗਜ਼ੇਬ ਤੋਂ ਬਾਅਦ ਆਉਂਦਾ ਹੈ ਉਹਦਾ ਮੁੰਡਾ ਬਹਾਦਰ ਸ਼ਾ ਔਰੰਗਜ਼ੇਬ ਦੇ ਟਾਈਮ ਤੋਂ ਹੀ ਮੁਗਲਾਂ ਦੇ ਰਾਜ ਦੀਆਂ ਜੜਾਂ ਹਿੱਲਣੀਆਂ ਸ਼ੁਰੂ ਹੋ ਗਈਆਂ ਸੀ ਤੇ ਬਹਾਦਰ ਸ਼ਾ ਤੋਂ ਬਾਅਦ ਥੋੜੇ ਹੀ ਟਾਈਮ ਚ ਤਿੰਨ ਚਾਰ ਰਾਜੇ ਬਦਲਦੇ ਨੇ ਬਾਦਸ਼ਾਹ ਬਦਲਦੇ ਨੇ ਤੇ ਹੁੰਦਾ ਹੁੰਦਾ ਹੀਰਾ ਇਹ ਪਹੁੰਚ ਜਾਂਦਾ ਹੈ ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਕੋਲ ਮੁਹੰਮਦ ਸ਼ਾਹ ਰੰਗੀਲਾ ਵੀ ਬੜਾ ਆਲਸੀ ਨਖਿੱਧ ਆਯਾਸ਼ ਟਾਈਪ ਦਾ ਬੰਦਾ ਸੀ ਮੁਹੰਮਦ ਸ਼ਾਹ ਹੀ ਸੀ ਉਹਦਾ ਨਾਮ ਵੈਸੇ ਰੰਗੀਲਾ ਉਹਨੂੰ ਇਸ ਕਰਕੇ ਕਹਿੰਦੇ ਸੀ ਕਿਉਂਕਿ ਉਹ ਰੰਗ ਰਲੀਆਂ ਹੀ ਬਣਾਉਂਦਾ ਰਹਿੰਦਾ ਸੀ ਹੁਣ ਉਹ ਟਾਈਮ ਆਉਣ ਵਾਲਾ ਸੀਗਾ ਕਿ ਇਹ ਹੀਰਾ ਮੁਗਲਾਂ ਦੇ ਹੱਥ ਚੋਂ ਜਾਣ ਵਾਲਾ ਸੀ ਤੇ ਭਾਰਤ ਤੋਂ ਵੀ ਦੂਰ ਹੋਣ ਵਾਲਾ ਸੀ ਆਪਾਂ ਹੁਣ ਕਹਿੰਨੇ ਨਾ ਵੀ ਹਾਂ ਭਾਰਤ ਦਾ ਹੀਰਾ ਹੁਣ ਇੰਗਲੈਂਡ ਚ ਪਿਆ ਹੈ ਜਦੋਂ ਇਹ ਹੀਰੇ ਦਾ ਇਤਿਹਾਸ ਚੱਕ ਕੇ ਦੇਖਦੇ ਆ ਨਾ ਆਪਾਂ ਤਾਂ ਇਹ ਕਈ ਵਾਰ ਭਾਰਤ ਤੋਂ ਗਿਆ ਖੋ ਕੇ ਲੈ ਗਿਆ ਕੋਈ ਕਦੇ ਗਿਫਟ ਦੇਤਾ ਪਰ ਦੁਬਾਰਾ ਫੇਰ ਇਹ ਭਾਰਤ ਚ ਆਇਆ 18ਵੀਂ ਸਦੀ ਚ ਆਉਂਦਾ ਏ ਈਰਾਨ ਦਾ ਹਮਲਾਵਰ ਨਾਦਰ ਸ਼ਾਹ ਨਾਦਰ ਸ਼ਾਹ ਆਪਦੀ 1.5 ਲੱਖ ਦੀ ਫੌਜ ਲੈ ਕੇ ਆਉਂਦਾ ਏ ਤੇ ਮੁਹੰਮਦ ਸ਼ਾਹ ਰੰਗੀਲੇ ਦੀ 10 ਲੱਖ ਦੀ ਫੌਜ ਨੂੰ ਹਰਾ ਦਿੰਦਾ ਏ ਦਿੱਲੀ ਦੇ 30 ਹਜ਼ਾਰ ਲੋਕਾਂ ਦਾ ਕਤਲੇਆਮ ਇੱਕ ਦਿਨ ਚ ਕਰ ਦਿੰਦਾ ਹੈ 90 ਕਰੋੜ ਦਾ ਖਜ਼ਾਨਾ ਨਾਦਰ ਸ਼ਾਹ ਨੇ ਲੁੱਟਿਆ ਸੀ ਇਹ ਨਾਦਰ ਸ਼ਾਹ ਦੀ ਲੁੱਟ ਤੇ ਅਸੀਂ ਇੱਕ ਅਲੱਗ ਵੀਡੀਓ ਬਣਾਈ ਹੋਈ ਆ ਉਹ ਤੁਸੀਂ ਦੇਖ ਸਕਦੇ ਹੋ ਕਿ ਇਹ 90 ਕਰੋੜ ਲੁੱਟਣ ਵਾਲੇ ਨਾਦਰ ਸ਼ਾਹ ਜਿਹਦੇ ਮੂਰੇ ਭਾਰਤ ਚੋਂ ਕੋਈ ਵੀ ਨਹੀਂ ਖੜਿਆ ਕਿਵੇਂ ਜੰਗਲਾਂ 'ਚ ਬੈਠੇ ਸਿੱਖਾਂ ਨੇ ਉਹਦਾ ਰਾਹ ਰੋਕਿਆ ਤੇ ਉਹਨੂੰ ਲੁੱਟਿਆ ਇਹ ਵੀਡੀਓ ਤੁਸੀਂ ਉੱਪਰ ਆਈ ਦੇ ਲਿੰਕ ਤੇ ਕਲਿੱਕ ਕਰਕੇ ਵੀ ਦੇਖ ਸਕਦੇ ਹੋ ਤੇ ਇਹਦਾ ਲਿੰਕ ਅਸੀਂ ਡਿਸਕ੍ਰਿਪਸ਼ਨ 'ਚ ਵੀ ਦੇ ਦਾਂਗੇ ਤੁਸੀਂ ਦੇਖ ਸਕਦੇ ਹੋ ਤਾਂ ਨਾਦਰ ਸ਼ਾਹ ਜਦੋਂ ਆਉਂਦਾ ਹੈ ਦਿੱਲੀ ਤਾਂ ਉਹ ਕਤਲੇਆਮ ਸ਼ੁਰੂ ਕਰ ਦਿੰਦਾ ਹੈ ਇੱਕ ਦਿਨ 'ਚ ਤਕਰੀਬਨ 30000 ਦਿੱਲੀ ਦੇ ਲੋਕਾਂ ਨੂੰ ਮਾਰ ਦਿੱਤਾ ਜਾਂਦਾ ਤਾਂ ਮੁਗਲ ਬਾਦਸ਼ਾਹ ਅਹਿਮਦ ਸ਼ਾਹ ਰੰਗੀਲੇ ਦਾ ਜਿਹੜਾ ਮੰਤਰੀ ਸੀ ਉਹ ਆਪਦੀ ਪੱਗ ਲਾ ਕੇ ਨਾਦਰ ਸ਼ਾਹ ਦੇ ਪੈਰਾਂ 'ਚ ਰੱਖ ਦਿੰਦਾ ਕਿ ਤੂੰ ਜਿਹੜੀ ਸਜ਼ਾ ਦੇਣੀ ਆ ਸਾਨੂੰ ਦੇ ਲੈ ਜਿਹੜਾ ਬਦਲਾ ਲੈਣਾ ਸਾਡੇ ਤੋਂ ਲੈ ਲੈ ਕਿ ਲੋਕਾਂ ਨੂੰ ਛੱਡ ਦੇ ਦਿੱਲੀ ਦੇ ਲੋਕਾਂ ਦਾ ਕੀ ਕਸੂਰ ਆ ਤਾਂ ਫਿਰ ਨਾਦਰ ਸ਼ਾਹ ਇਥੇ ਡੀਲ ਕਰਦਾ ਇੱਕ ਠੀਕ ਆ ਕਹਿੰਦਾ ਵੀ ਮੈਂ ਤੁਹਾਨੂੰ ਵੀ ਛੱਡ ਦੂੰ ਤੁਹਾਡਾ ਤਖਤ ਵੀ ਛੱਡ ਦੂੰ ਤੇ ਤੁਹਾਡੇ ਲੋਕਾਂ ਨੂੰ ਵੀ ਛੱਡ ਦੂੰ 90 ਕਰੋੜ ਰੁਪਇਆ ਲਿਆ ਕੇ ਮੇਰੇ ਸਾਹਮਣੇ ਪੇਸ਼ ਕਰੋ ਤਾਂ ਫਿਰ ਉੱਥੇ 70 ਕਰੋੜ ਦਾ ਖਜ਼ਾਨਾ ਨਾਦਰ ਸ਼ਾਹ ਨੂੰ ਦਿੱਤਾ ਜਾਂਦਾ 20 ਕਰੋੜ ਰੁਪਿਆ ਲੋਕਾਂ ਤੋਂ ਹੀ ਵਸੂਲਿਆ ਜਾਂਦਾ ਜਾਂ ਖਜ਼ਾਨੇ 'ਚੋਂ ਲਿਆ ਜਾਂਦਾ ਕਹਿ ਲਓ 90 ਕਰੋੜ ਪੂਰਾ ਕਰਕੇ ਦਿੱਤਾ ਜਾਂਦਾ ਨਾਦਰ ਸ਼ਾਹ ਨੂੰ ਨਾਦਰ ਸ਼ਾਹ ਜਸ਼ਨ ਮਨਾ ਰਿਹਾ ਹੁੰਦਾ ਆਪਦੇ ਜਰਨੈਲਾਂ ਨਾਲ ਕਮਾਂਡਰਾਂ ਨਾਲ ਜਸ਼ਨ ਮਨਾ ਰਿਹਾ ਹੁੰਦਾ ਕਿ ਮੈਂ ਭਾਰਤ ਨੂੰ ਲੁੱਟ ਕੇ ਚੱਲਿਆ ਤਾਂ ਉਹ ਜਸ਼ਨ ਦੇ ਵਿੱਚ ਹੀ ਇੱਕ ਨਿਰਤਕੀ ਹੁੰਦੀ ਆ ਇੱਕ ਨੱਚਣ ਵਾਲੀ ਹੁੰਦੀ ਆ ਜਿਹੜੀ ਮੁਹੰਮਦ ਸ਼ਾਹ ਰੰਗੀਲੇ ਕੋਲ ਵੀ ਨੱਚਦੀ ਸੀ ਹੁਣ ਉਹ ਨਾਦਰ ਸ਼ਾਹ ਕੋਲ ਨੱਚ ਰਹੀ ਸੀ ਤਾਂ ਉਹ ਕਹਿੰਦੀ ਆ ਫਿਰ ਵੀ ਕਾਦੇ ਜਸ਼ਨ ਮਨਾ ਰਿਆ ਤੂੰ ਇੱਕ ਜਿਹੜੀ ਸਭ ਤੋਂ ਕੀਮਤੀ ਚੀਜ਼ ਆ ਉਹ ਤਾਂ ਤੈਨੂੰ ਮਿਲੀ ਹੋਈ ਨਹੀਂ ਹਜੇ ਉਹ ਫਿਰ ਦੱਸਦੀ ਆ ਉਹ ਹੀਰੇਵਾਰੇ ਜਿਹੜਾ ਮਯੂਰ ਸਿੰਘਾ ਸੰਚੋਂ ਪੱਟ ਕੇ ਅਹਿਮਦ ਸ਼ਾਹ ਰੰਗੀਲੇ ਨੇ ਆਪਦੀ ਪੱਗ ਚ ਲਗਾਉ ਲਿਆ ਹੁੰਦਾ ਇਹ ਨੱਚਣ ਵਾਲੀ ਬੀਬੀ ਫਿਰ ਦੱਸਦੀ ਆ ਨਾਦਰ ਸ਼ਾਹ ਨੂੰ ਕਿ ਉਹ ਹੀਰਾ ਮੁਹੰਮਦ ਸ਼ਾਹ ਰੰਗੀਲੇ ਨੇ ਆਪਦੀ ਪੱਗ ਚ ਲਕੋਇਆ ਹੋਇਆ ਹੈ। ਨਾਦਰ ਸ਼ਾਹ ਫਿਰ ਇਥੇ ਚਲਾਕੀ ਖੇਡਦਾ ਅਗਲੇ ਦਿਨ। ਮੁਹੰਮਦ ਸ਼ਾਹ ਰੰਗੀਲੇ ਨੂੰ ਜਾ ਕੇ ਕਹਿੰਦਾ ਕਿ ਆਪਾਂ ਭਰਾ ਅੱਜ ਤੋਂ ਆਜਾ ਕਹਿੰਦਾ ਗੱਲ ਮਿਲੀਏ। ਗੱਲ ਜਦੋਂ ਮਿਲਦੇ ਨੇ ਕਹਿੰਦਾ ਸਾਡੇ ਤਾਂ ਪੱਗ ਵਟਾਉਣ ਦਾ ਰਿਵਾਜ ਆ ਵੀ ਆਪਾਂ ਪੱਗਾਂ ਵਟਾ ਲੈਨੇ ਆ। ਨਾਦਰ ਸ਼ਾਹ ਜਦੋਂ ਮੁਹੰਮਦ ਸ਼ਾਹ ਰੰਗੀਲੇ ਦੀ ਪੱਗ ਚੋਂ ਉਹ ਹੀਰਾ ਚੱਕਦਾ ਹੈ ਤਾ ਹੀਰੇ ਦੀ ਚਮਕ ਦੇਖ ਕੇ ਉਹ ਹੱਕਾ ਬੱਕਾ ਰਹਿ ਜਾਂਦਾ ਹੈ ਤਾਂ ਨਾਦਰ ਸ਼ਾਹ ਦੇ ਮੂੰਹ ਚੋਂ ਉੱਥੇ ਜਿਹੜੇ ਪਹਿਲੇ ਫਾਰਸੀ ਸ਼ਬਦ ਨਿਕਲੇ ਸੀ ਉਹ ਸੀ ਕੋਹੇਨੂਰ ਕੋਹੇਨੂਰ ਫਾਰਸੀ ਦਾ ਸ਼ਬਦ ਹੈ ਕੋ ਦਾ ਮਤਲਬ ਪਹਾੜ ਤੇ ਨੂਰ ਦਾ ਮਤਲਬ ਰੌਸ਼ਨੀ ਮਤਲਬ ਰੌਸ਼ਨੀ ਦਾ ਪਹਾੜ ਇਸ ਹੀਰੇ ਨੂੰ ਹਜ਼ਾਰਾਂ ਸਾਲਾਂ ਬਾਅਦ ਇੱਕ ਨਾਮ ਮਿਲ ਗਿਆ ਜੋ ਪੱਕਾ ਹੀ ਇਸ ਹੀਰੇ ਦੇ ਨਾਮ ਨਾਲ ਜੁੜ ਗਿਆ ਸੋਚੋ ਮਤਲਬ ਕੋਈ ਕਿੰਨੀ ਕਮੈਜਿਨੇਸ਼ਨ ਕਰ ਸਕਦਾ ਹੈ ਕਿ ਹਾਂ ਰੌਸ਼ਨੀ ਇੱਕ ਬੱਲਬ ਜਿੰਨੀ ਰੌਸ਼ਨੀ ਇੱਕ ਦੀਵੇ ਜਿੰਨੀ ਰੌਸ਼ਨੀ ਰੌਸ਼ਨੀ ਦਾ ਪਹਾੜ ਕਿੰਨਾ ਚਮਕ ਰਿਆ ਹੋਏਗਾ ਉਹ ਹੀਰਾ ਜਿਹੜਾ ਨਾਦਰ ਸ਼ਾਹ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਤੇ ਉਹਦੇ ਮੂੰਹ ਚੋਂ ਇਹ ਹੀ ਸ਼ਬਦ ਨਿਕਲੇ ਕੋਹੇਨੂਰ ਇੱਕ ਘਟਨਾ ਦਾ ਜ਼ਿਕਰ ਮੁਹੰਮਦ ਕਾਜ਼ਮ ਮਾਰਵੀ ਆਵਦੀ ਕਿਤਾਬ ਆਲਮ ਮਾਰਾਏ ਨਾਦਰੀਚ ਕਰਦਾ ਹੈ ਉਹ ਕਹਿੰਦਾ ਹੈ ਕਿ ਜਦੋਂ ਇਹ ਹੀਰਾ ਨਾਦਰ ਸ਼ਾਹ ਨੂੰ ਮਿਲਿਆ ਮੈਂ ਉੱਥੇ ਹੀ ਮੌਜੂਦ ਸੀ 90 ਕਰੋੜ ਦਾ ਮਾਲ ਤਖਤ ਤਾਊਸ ਤੇ ਕੋਹੀਨੂਰ ਹੀਰਾ ਲੈ ਕੇ ਨਾਦਰ ਸ਼ਾਹ ਪਹੁੰਚ ਜਾਂਦਾ ਇਰਾਨ ਹੁਣ ਤੁਸੀਂ ਸੋਚ ਕੇ ਦੇਖੋ ਉਹਨਾਂ ਟਾਈਮਾਂ 'ਚ 90 ਕਰੋੜ 90 ਕਰੋੜ ਤਾਂ ਅੱਜ ਦਾ ਮਾਨ ਨਹੀਂ 90 ਕਰੋੜ ਤੇ ਮਯੂਰ ਸਿੰਘਾਸਨ ਤੇ ਦੁਨੀਆ ਦਾ ਸਭ ਤੋਂ ਬੇਸ਼ਕੀਮਤੀ ਹੀਰਾ ਕੋਹੀਨੂਰ ਕਿਵੇਂ ਹੋ ਸਕਦੇ ਹੋ ਤੁਸੀਂ ਉਹ ਬੰਦੇ ਦੀ ਜ਼ਿੰਦਗੀ ਕਿ ਉਹਦੀਆਂ ਅਗਲੀਆਂ 100 ਪੁਸ਼ਟਾ ਵੀ ਬੈਲੀਆਂ ਬੈਠ ਕੇ ਖਾਨ ਗਿਆ ਪਰ ਨਾਦਰ ਸ਼ਾਹ ਨਾਲ ਕੋਈ ਬਹੁਤੀ ਵਫਾ ਨਹੀਂ ਕਮਾਈਏ ਕੋਹੀਨੂਰ ਹੀਰੇ ਨੇ ਔਖੀ ਹੋ ਗਈ ਉਹਦੀ ਜ਼ਿੰਦਗੀ ਹੋਰ جنگਾਂ ਯੁੱਧਾਂ ਚ ਬੀਜ਼ੀ ਹੋ ਗਿਆ ਉਹ ਤੇ ਕੋਹੀਨੂਰ ਹੀਰੇ ਮਿਲਣ ਤੋਂ ਤਕਰੀਬਨ 7 ਸਾਲ ਬਾਅਦ ਸੁੱਤੇ ਪਏ ਨਾਦਰ ਸ਼ਾਹ ਨੂੰ ਉਹਦੇ ਨਾਲ ਦੇ ਹੀ ਕਿਸੇ ਨੇ ਗਲਾ ਵੱਢ ਕੇ ਮਾਰ ਦਿੱਤਾ ਇੱਥੋਂ ਸ਼ੁਰੂ ਹੋ ਜਾਂਦਾ ਕਤਲਿਆਂ ਤੇ ਧੋਖਿਆਂ ਦਾ ਦੌਰ ਕੋਹੀਨੂਰ ਹੀਰੇ ਨੂੰ ਪਾਉਣ ਵਾਸਤੇ ਨਾਦਰ ਸ਼ਾਹ ਦੀ ਮੌਤ ਤੋਂ ਬਾਅਦ ਕੋਹੀਨੂਰ ਹੀਰਾ ਆ ਜਾਂਦਾ ਉਹਦੇ ਭਤੀਜੇ ਅਲੀ ਸ਼ਾਹ ਕੋਲ ਅਲੀ ਸ਼ਾਹ ਨੂੰ ਵੀ ਉਹ ਹੀਰੇ ਲਈ ਕੈਦ ਕਰ ਲਿਆ ਜਾਂਦਾ ਅੱਖਾਂ ਕੱਢ ਦਿੱਤੀਆਂ ਜਾਂਦੀਆਂ ਉਹਦੀਆਂ ਕਿ 10 ਕੋਹੀਨੂਰ ਕਿੱਥੇ ਆ ਤੇ ਕੋਹੀਨੂਰ ਇਸ ਤੋਂ ਬਾਅਦ ਆ ਜਾਂਦਾ ਹੈ ਨਾਦਰ ਸ਼ਾਹ ਦੇ ਪੋਤੇ ਸ਼ਾਰੂਖ ਮਿਰਜ਼ਾ ਕੋਲ ਸ਼ਾਰੂਖ ਮਿਰਜ਼ਾ ਨਾਲ ਵੀ ਉਹੀ ਹੁੰਦਾ ਅਗਾ ਮੁਹੰਮਦ ਉਹਦੇ ਨਾਲ ਦਾ ਹੀ ਉਹਨੂੰ ਕੈਦ ਕਰ ਲੈਂਦਾ ਹੈ ਕੋਹੀਨੂਰ ਹੀਰਾ ਕਿੱਥੇ ਆ ਦੇ ਕੋਹੀਨੂਰ ਹੀਰਾ ਨਾਦਰ ਸ਼ਾਹ ਦੇ ਪੋਤੇ ਸ਼ਾਹਰੁਖ ਮਿਰਜ਼ਾ ਦੇ ਸਿਰ 'ਚ ਗਰਮ ਲੋਹਾ ਪਿਘਲਾ ਕੇ ਪਾਇਆ ਜਾਂਦਾ ਸੋਚੋ ਐਡੇ ਜ਼ਿਆਦਾ ਤਸੀਹੇ ਦਿੱਤੇ ਜਾਂਦੇ ਨੇ ਇਹ ਹੀਰੇ ਵਾਸਤੇ ਪਰ ਸ਼ਾਹਰੁਖ ਮਿਰਜ਼ਾ ਉਸ ਤੋਂ ਪਹਿਲਾਂ ਹੀ ਇਹ ਹੀਰਾ ਸੌਂਪ ਦਿੰਦਾ ਹੈ ਆਪਣੇ ਦਾਦੇ ਨਾਦਰ ਸ਼ਾਹ ਦੇ ਇੱਕ ਵਫਾਦਾਰ ਸਿਪਾਹੀ ਅਹਿਮਦ ਸ਼ਾਹ ਅਬਦਾਲੀ ਨੂੰ ਹੁਣ ਅਹਿਮਦ ਸ਼ਾਹ ਅਬਦਾਲੀ ਬਣ ਜਾਂਦਾ ਹੈ ਬਾਦਸ਼ਾਹ ਤੇ ਸ਼ੁਰੂਆਤ ਕਰਦਾ ਹੈ ਦੁਰਾਨੀ ਸਾਮਰਾਜ ਦੀ ਤੇ ਬਾਕੀਆਂ ਦੇ ਨਕਸ਼ੇ ਕਦਮ ਤੇ ਚਲਦਾ ਅਹਿਮਦ ਸ਼ਾਹ ਅਬਦਾਲੀ ਭਾਰਤ ਤੇ ਅੱਠ ਹਮਲੇ ਕਰਦਾ ਹੈ ਕਿਹਾ ਜਾਂਦਾ ਕਿ ਹਰ ਇੱਕ ਹਮਲੇ ਚ ਅਹਿਮਦ ਸ਼ਾਹ ਅਬਦਾਲੀ ਦੀ ਬਾਹ ਨਾਲ ਬੰਨਿਆ ਹੁੰਦਾ ਸੀ ਉਹ ਕੋਹੀਨੂਰ ਹੀਰਾ ਅਹਿਮਦ ਸ਼ਾਹ ਅਬਦਾਲੀ ਤੋਂ ਇਹ ਹੀਰਾ ਕੋਈ ਨਹੀਂ ਖੋ ਸਕਿਆ ਸੀ ਅਹਿਮਦ ਸ਼ਾਹ ਅਬਦਾਲੀ ਦੀ ਮੌਤ ਤੋਂ ਬਾਅਦ ਇਹ ਹੀਰਾ ਆ ਜਾਂਦਾ ਹੈ ਉਹਦੇ ਪੁੱਤਰ ਤੈਮੂਰ ਕੋਲ ਤੈਮੂਰ ਦੀ ਮੌਤ ਤੋਂ ਬਾਅਦ ਹੀਰਾ ਆਉਂਦਾ ਉਹਦੇ ਪੁੱਤ ਸ਼ਾਹ ਜ਼ਮਾਨ ਕੋਲ ਸ਼ਾਹ ਜ਼ਮਾਨ ਮਤਲਬ ਅਬਦਾਲੀ ਦਾ ਪੋਤਰਾ ਇਹ ਉਹੀ ਸ਼ਾਹ ਜ਼ਮਾਨ ਆ ਜਿਹਨੂੰ ਹਰਾ ਕੇ ਪੰਜਾਬ ਦਾ 19 ਸਾਲ ਦਾ ਨੌਜਵਾਨ ਰਣਜੀਤ ਸਿੰਘ ਪੰਜਾਬ ਦਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਬਣਿਆ ਸੀ ਸ਼ਾਹ ਜ਼ਮਾਨ ਲਈ ਵੀ ਮੁਸੀਬਤਾਂ ਹੀ ਲੈ ਕੇ ਆਉਂਦਾ ਇਹ ਹੀਰਾ ਸ਼ਾਹ ਜ਼ਮਾਨ ਨੂੰ ਆਉ ਭਗਤ ਦੇ ਬਹਾਨੇ ਕੈਦ ਕਰ ਲਿਆ ਜਾਂਦਾ ਇੱਕ ਕਿਲੇ 'ਚ ਪਰ ਕੈਦ ਹੋਣ ਤੋਂ ਪਹਿਲਾਂ ਸ਼ਾਹ ਜ਼ਮਾਨ ਇੱਕ ਚਲਾਕੀ ਕਰਦਾ ਹੈ ਉਹਨੂੰ ਪਤਾ ਸੀ ਵੀ ਇਹ ਹੀਰੇ ਵਾਸਤੇ ਕਿੰਨੇ ਕਤਲ ਹੋਏ ਨੇ ਕਿ ਹੁਣ ਮੇਰੇ ਤੋਂ ਵੀ ਖੋਣਗੇ ਹੀਰਾ ਸ਼ਾਹ ਜ਼ਮਾਨ ਉਸੇ ਹੀ ਕਿਲੇ ਦੀ ਇੱਕ ਕੰਧ ਦੀ ਦਰਾਰ 'ਚ ਇਹ ਹੀਰੇ ਨੂੰ ਲੁਕੋ ਦਿੰਦਾ ਜਾਂ ਸਿੱਟ ਦਿੰਦਾ ਉਸ ਤੋਂ ਬਾਅਦ ਸ਼ਾਹ ਜ਼ਮਾਨ ਨੂੰ ਕੈਦ ਕਰ ਲਿਆ ਜਾਂਦਾ ਤਸੀਹੇ ਦਿੱਤੇ ਜਾਂਦੇ ਨੇ ਸ਼ਾਹ ਜ਼ਮਾਨ ਨੂੰ ਪਰ ਹੀਰਾ ਮਿਲੇ ਕਿੱਥੋਂ ਜੇ ਹੋਵੇ ਸ਼ਾਹ ਜ਼ਮਾਨ ਕੋਲ ਤਾਂ ਤਾਂ ਹੀਰਾ ਮਿਲੇ ਹੁਣ ਆਪ ਦਾ ਕਿਲਾ ਤਾਂ ਫਰੋਲਦੇ ਨਹੀਂ ਉਹ ਉਸ ਤੋਂ ਬਾਅਦ ਇਹ ਸ਼ਾਜ਼ਮਾਨ ਦਾ ਛੋਟਾ ਭਰਾ ਉਹਦਾ ਨਾਮ ਸੀ ਸ਼ਾਹ ਸੋਜਾ ਜਦੋਂ ਉਹਨੂੰ ਪਤਾ ਲੱਗਦਾ ਕਿ ਮੇਰੇ ਭਰਾ ਨੂੰ ਕੈਦ ਕਰ ਲਿਆ ਤੇ ਕੋਹੀਨੂਰ ਹੀਰਾ ਵੀ ਉਹਦੇ ਕੋਲ ਆ ਤਾਂ ਉਹ ਹਮਲਾ ਕਰ ਦਿੰਦਾ ਇਸ ਕਿਲੇ ਤੇ ਇਸ ਜੇਲ ਤੇ ਜਿਸ ਚ ਉਹਦੇ ਭਰਾ ਸ਼ਾਜ਼ਮਾਨ ਨੂੰ ਰੱਖਿਆ ਗਿਆ ਸੀ ਜਿਹਨੇ ਕੈਦ ਕੀਤਾ ਸੀ ਸ਼ਾਹ ਸੋਜਾ ਦੇ ਭਰਾ ਸ਼ਾਜ਼ਮਾਨ ਨੂੰ ਉਹਨੂੰ ਫੜ ਲਿਆ ਜਾਂਦਾ ਉਹਨੂੰ ਪੁੱਛਿਆ ਜਾਂਦਾ ਕਿ ਦੇ ਕੋਹੀਨੂਰ ਹੀਰਾ ਹੁਣ ਉਹ ਕਿੱਥੋਂ ਕੋਹੀਨੂਰ ਹੀਰਾ ਦੇਵੇ ਉਹਦੇ ਕੋਲ ਤਾਂ ਆਪ ਨਹੀਂ ਸੀ ਉਨੂੰ ਮਾਰ ਦਿੱਤਾ ਜਾਂਦਾ ਤੇ ਪੂਰੇ ਕਿਲੇ ਚ ਕੋਹੀਨੂਰ ਹੀਰਾ ਲੱਭਿਆ ਜਾਂਦਾ ਪਰ ਨਹੀਂ ਮਿਲਦਾ ਹੀਰਾ ਤਾਂ ਗੁੱਸੇ ਚ ਆਇਆ ਸ਼ਾਹ ਸੁਦਾ ਉਹ ਪੂਰੇ ਕਿਲੇ ਨੂੰ ਜੇਲ੍ਹ ਨੂੰ ਤਬਾਹ ਕਰ ਜਾਂਦਾ ਤਹਸਨਹਿਸ ਕਰ ਜਾਂਦਾ ਟਾ ਜਾਂਦਾ ਹੈ ਉਹ ਦਾਰ ਇਹ ਜਾ ਸੀਗਾ ਫਿਰ ਕਿ ਉਹ ਬੇਸ਼ਕੀਮਤੀ ਕੋਹੀਨੂਰ ਹੀਰਾ ਜਿਹਦੇ ਲਈ ਕਿੰਨੇ ਹੀ ਬਾਦਸ਼ਾਹਾਂ ਦੇ ਕਤਲ ਹੋਏ ਉਹ ਗੁੰਮਨਾਮੀ ਦੇ ਹਨੇਰੇ ਚ ਪਿਆ ਸੀ ਤੇ ਉਹਦਾ ਕੋਈ ਬਾਲੀ ਵਾਰਸ ਨਹੀਂ ਸੀ ਉਹਦੀ ਕੋਈ ਕਦਰ ਨਹੀਂ ਸੀ ਕਿੰਨੇ ਹੀ ਹਜ਼ਾਰਾਂ ਲੋਕ ਉੱਥੋਂ ਦੀ ਲੰਘਦੇ ਨੇ ਮਲਵਿਆਂ ਦੇ ਢੇਰ ਤੋਂ ਦੀ ਲੰਘਦੇ ਨੇ ਪਰ ਕਿਸੇ ਨੂੰ ਉਹ ਹੀਰੇ ਬਾਰੇ ਪਤਾ ਨਹੀਂ ਚੱਲਦਾ ਇੱਕ ਦਿਨ ਇੱਕ ਬਜ਼ੁਰਗ ਮੌਲਵੀ ਉੱਥੋਂ ਦੀ ਲੰਘ ਰਿਹਾ ਹੁੰਦਾ ਉਹਨੂੰ ਇੱਕ ਚਮਕਦਾ ਪੱਥਰ ਦਿਖਦਾ ਉਹ ਮਲਵੇ ਤੇ ਉਹ ਚਮਕਦੇ ਪੱਥਰ ਨੂੰ ਚੱਕਦਾ ਤੇ ਆਪਣੇ ਨਾਲ ਲੈ ਜਾਂਦਾ ਉਹਨੂੰ ਥੋੜੀ ਨਾ ਕੀਮਤ ਪਤਾ ਉਹਦੀ ਤਾਂ ਮੌਲਵੀ ਜਦੋਂ ਕੁਝ ਲਿਖ ਰਿਹਾ ਹੁੰਦਾ ਤਾਂ ਜਿਹੜੇ ਪੇਪਰ ਹੁੰਦੇ ਨੇ ਉਹ ਕੋਹੀਨੂਰ ਹੀਰੇ ਨੂੰ ਪੇਪਰ ਵੇਟ ਦੀ ਤਰ੍ਹਾਂ ਇਸਤੇਮਾਲ ਕਰਦਾ ਹੈ ਹੁਣ ਇੱਥੇ ਉਹ ਕਹਾਵਤ ਪੂਰੀ ਫਿੱਟ ਪੈਂਦੀ ਆ ਕਿ ਹੀਰੇ ਦਾ ਮੁੱਲ ਜੋਰੀ ਪਾ ਸਕਦਾ ਉਹ ਮੌਲਵੀ ਨੂੰ ਪਤਾ ਹੀ ਨਹੀਂ ਸੀ ਕਿ ਦੁਨੀਆ ਦਾ ਸਭ ਤੋਂ ਬੇਸ਼ਕੀਮਤੀ ਹੀਰਾ ਮੇਰੇ ਕੋਲ ਆ ਇਹ ਖਬਰ ਉਥੋਂ ਉੜਦੀ ਉੜਦੀ ਪਹੁੰਚ ਜਾਂਦੀ ਆ ਸ਼ਾਹ ਸੁਜਾ ਦੇ ਸਪਾਈਆਂ ਕੋਲ ਉਹ ਆਉਂਦੇ ਨੇ ਉਹ ਹੀਰਾ ਉਥੋਂ ਲੈ ਲੈਂਦੇ ਨੇ ਤੇ ਮੌਲਵੀ ਨੂੰ ਪੁੱਛਿਆ ਜਾਂਦਾ ਕਿ ਤੇਰੇ ਕੋਲ ਕਿਵੇਂ ਆਇਆ ਹੀਰਾ ਤਮੋਲਵੀ ਦੱਸਦਾ ਕਿ ਐਦਾਂ ਮੈਂ ਉਹ ਮਲਵੇ ਦੇ ਢੇਰ ਚੋਂ ਇਹ ਹੀਰਾ ਮੈਨੂੰ ਮਿਲਿਆ ਮੈਂ ਚੱਕ ਲਿਆ ਆ ਬਈ ਹੀਰਾ ਉਥੋਂ ਸਪਾਈ ਲੈ ਜਾਂਦੇ ਨੇ ਤੇ ਦੇ ਦਿੰਦੇ ਨੇ ਸ਼ਾਹ ਸੁਜਾ ਨੂੰ ਸ਼ਾਹ ਸੁਜਾ ਬੜਾ ਖੁਸ਼ ਹੁੰਦਾ ਕਿ ਦੁਨੀਆ ਦੀ ਸਭ ਤੋਂ ਕੀਮਤੀ ਚੀਜ਼ ਮੇਰੇ ਕੋਲ ਆ ਕਿਉਂਕਿ ਇਹ ਹੀਰੇ ਦੇ ਨਾਲ ਇੱਕ ਗੱਲ ਜੁੜ ਚੁੱਕੀ ਸੀ ਕਿ ਜਿਹਦੇ ਕੋਲ ਵੀ ਇਹ ਹੀਰਾ ਹੋਊਗਾ ਉਹ ਦੁਨੀਆ ਤੇ ਰਾਜ ਕਰੂਗਾ ਇਹ ਸਟੇਟਸ ਸਿੰਬਲ ਬਣ ਗਿਆ ਸੀ ਇਹ ਹੀਰੇ ਦਾ ਤਾਂ ਹੀ ਇਹ ਹੀਰੇ ਕਰਕੇ ਇੱਕ ਦੂਜਿਆਂ ਦੇ ਕਤਲ ਕੀਤੇ ਜਾਂਦੇ ਸੀ ਤੜਫਾਇਆ ਜਾਂਦਾ ਸੀ ਕਿੰਨੇ ਹੀ ਲੋਕਾਂ ਨੂੰ ਕਿੰਨੇ ਹੀ ਬਾਦਸ਼ਾਹਾਂ ਨੂੰ ਤੜਫਾਇਆ ਗਿਆ ਸ਼ਾਹ ਸੁਜਾ ਹੁਣ ਬੜਾ ਖੁਸ਼ ਸੀ ਕਿ ਹੁਣ ਮੈਂ ਦੁਨੀਆ ਤੇ ਰਾਜ ਕਰੂਗਾ ਪਰ ਸ਼ਾਹ ਸੁਜਾ ਦੀਆਂ ਜੜਾਂ ਚ ਬਹਿ ਗਿਆ ਏ ਕੋਹੀਨੂਰ ਹੀਰਾ ਉਹਦਾ ਜਿੰਨਾ ਵੀ ਰਾਜ ਭਾਗ ਸੀ ਜਿੰਨਾ ਵੀ ਉਹਦਾ ਖਜ਼ਾਨਾ ਸੀ ਉਹਦਾ ਤਖਤ ਸਭ ਕੁਝ ਉਹ ਜ਼ੀਰੋ ਹੋ ਗਿਆ ਸਭ ਕੁਝ ਮਿੱਟੀ ਹੋ ਗਿਆ ਕੁਝ ਨਹੀਂ ਬਚਿਆ ਉਹਦੇ ਕੋਲ ਦੁਨੀਆ ਦਾ ਕੀ ਜਿੱਤਨੀ ਸੀ ਉਹਦੇ ਉੱਥੋਂ ਫਿਰ ਸ਼ਾਹ ਸੁਜਾ ਆਪਦੇ ਪਰਿਵਾਰ ਨੂੰ ਲੈ ਕੇ ਭੱਜਦਾ ਏ ਉੱਥੋਂ ਹੀਰੇ ਦਾ ਮੋਹ ਜੇ ਵੀ ਨਹੀਂ ਤਿਆਗਦਾ ਕਿਉਂਕਿ ਉਮੀਦ ਆਉਂਦੀ ਵੀ ਇਹ ਹੀਰਾ ਮੇਰੇ ਨਾਲ ਵਫਾ ਕਰੂ ਇਹ ਹੀਰਾ ਕਿਉਂਕਿ ਹੈ ਤਾਂ ਸੀ ਉਹ ਬੇਸ਼ਕੀਮਤੀ ਚੀਜ਼ ਇਹਦੇ ਨਾਲ ਕੋਈ ਦੋਰ ਆਏ ਨਹੀਂ ਤਾਂ ਸ਼ਾਹ ਸੁਜਾ ਨੂੰ ਕਸ਼ਮੀਰ ਦਾ ਰਾਜਾ ਅਤਾ ਮੁਹੰਮਦ ਕੈਦ ਕਰ ਲੈਂਦਾ ਧੋਖੇ ਨਾਲ ਉਹਨੂੰ ਕਹਿੰਦਾ ਕਿ ਦੇ ਕੋਹੀਨੂਰ ਹੀਰਾ ਮੈਨੂੰ ਪਰ ਕੋਹੀਨੂਰ ਹੀਰਾ ਸ਼ਾਹ ਸੁਜਾ ਕੋਲ ਹੁੰਦਾ ਹੀ ਨਹੀਂ ਕੋਹਿਨੂਰ ਹੀਰਾ ਹੁੰਦਾ ਹੈ ਉਹਦੇ ਪਰਿਵਾਰ ਕੋਲ ਉਹਦੀ ਘਰ ਵਾਲੀ ਵਫਾ ਬੇਗਮ ਕੋਲ ਤਾਂ ਵਫਾ ਬੇਗਮ ਨੂੰ ਜਦੋਂ ਇਹ ਖਬਰ ਮਿਲਦੀ ਆ ਤਾਂ ਵਫਾ ਬੇਗਮ ਇੱਕ ਇਹੋ ਜਿਹਾ ਬੰਦਾ ਲੱਭਦੀ ਆ ਜਿਹੜਾ ਬਹੁਤ ਤਕੜਾ ਹੋਵੇ ਤਾਂ ਉਸ ਟਾਈਮ ਫਿਰ ਉਹ ਜਾਂਦੀ ਆ ਦਰਬਾਰੇ ਖਾਲਸਾ ਲਾਹੌਰ ਮਹਾਰਾਜਾ ਰਣਜੀਤ ਸਿੰਘ ਕੋਲ ਜਾ ਕੇ ਫਿਰ ਸ਼ਾਹ ਸੁਜਾ ਦੀ ਘਰ ਵਾਲੀ ਵਫਾ ਬੇਗਮ ਉਹਦਾ ਦਰਦ ਸੁਣਾਉਂਦੀ ਆ ਤੇ ਮਦਦ ਦੀ ਗੁਹਾਰ ਲਾਉਂਦੀ ਆ ਕਿ ਮੇਰੇ ਪਤੀ ਨੂੰ ਮੇਰੇ ਘਰ ਵਾਲੇ ਨੂੰ ਛਡਾ ਲਵੋ ਇੱਥੇ ਫਿਰ ਜਜ਼ਬਾਤਾਂ 'ਚ ਬਹਿ ਕੇ ਉਹ ਇੱਕ ਵਾਅਦਾ ਕਰ ਲੈਂਦੀ ਆ ਮਹਾਰਾਜੇ ਨਾਲ ਕਿ ਜੇ ਤੁਸੀਂ ਮੇਰੇ ਘਰ ਵਾਲੇ ਨੂੰ ਛਡਾਓਗੇ ਤਾਂ ਮੇਰੇ ਕੋਲ ਬੇਸ਼ਕੀਮਤੀ ਕੋਹਿੰੂਰ ਹੀਰਾ ਹੈ ਕਿ ਅਸੀਂ ਉਹ ਕੋਹਿੰੂਰ ਹੀਰਾ ਤੁਹਾਨੂੰ ਦੇ ਦੇਵਾਂਗੇ ਤਾਂ ਮਹਾਰਾਜਾ ਰਣਜੀਤ ਸਿੰਘ ਆਪਣੇ ਜਰਨੈਲਾਂ ਨੂੰ ਨਾਲ ਲੈ ਕੇ ਆਪਣੀ ਫੌਜ ਨੂੰ ਨਾਲ ਲੈ ਕੇ ਹਮਲਾ ਕਰ ਦਿੰਦੇ ਨੇ ਕਸ਼ਮੀਰ ਦੇ ਅਤਾ ਮੁਹੰਮਦ ਤੇ ਤੇ ਉੱਥੋਂ ਸ਼ਾਹ ਸੋਜਾ ਨੂੰ ਛਡਾ ਲਿਆ ਜਾਂਦਾ ਹੁਣ ਸ਼ਾਹ ਸੋਜਾ ਨੂੰ ਛਡਾ ਲਿਆ ਤਾਂ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਵੀ ਕਰੋ ਆਪਦਾ ਵਾਦਾ ਪੂਰਾ ਲਿਆਓ ਕੋਹੀਨੂਰ ਹੀਰਾ ਇੱਥੇ ਇਹ ਵਫਾ ਬੇਗਮ ਦੇ ਮਨਚ ਬੇਈਮਾਨੀ ਆ ਜਾਂਦੀ ਹੈ ਕਹਿੰਦੇ ਕਿਹੜਾ ਹੀਰਾ ਹੁਣ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਵੀ ਤੁਸੀਂ ਮੇਰੀ ਸ਼ਰਨ ਚੋਂ ਜੇ ਮੈਂ ਚਾਹਾਂ ਤਾਂ ਤੁਹਾਨੂੰ ਕੁੱਟ ਮਾਰ ਕੇ ਤੁਹਾਨੂੰ ਕੈਚ ਸੁੱਟ ਕੇ ਵੀ ਕੋਹੀਨੂਰ ਹੀਰਾ ਲੈ ਸਕਦਾ ਪਰ ਸਾਡਾ ਧਰਮ ਇਹ ਸਿਖਾਉਂਦਾ ਨਹੀਂ ਸਾਨੂੰ ਵੀ ਤੁਸੀਂ ਹੀਰਾ ਦੇ ਦਿਓ ਮੈਨੂੰ ਇੱਥੇ ਕਹਿੰਦੇ ਨੇ ਕਿ ਜਿਹੜਾ ਇਹ ਸਾਹ ਸੁਜਾ ਤੇ ਉਹਦੀ ਘਰ ਵਾਲੀ ਸੀ ਇਹਨਾਂ ਨੇ ਕਈ ਚਲਾਕੀਆਂ ਕਰਨ ਦੀ ਵੀ ਕੋਸ਼ਿਸ਼ ਕੀਤੀ ਮਹਾਰਾਜਾ ਰਣਜੀਤ ਸਿੰਘ ਨਾਲ ਇੱਕ ਨਕਲੀ ਹੀਰਾ ਬਣਵਾ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਦੇਤਾ ਕਿ ਆਹ ਕੋਈ ਨੂਰਾ ਜਦੋਂ ਉਹਨਾਂ ਨੇ ਆਪਦੇ ਜੋਰੀ ਮੰਗਵਾਏ ਤਾਂ ਉਹਨਾਂ ਨੇ ਚੈੱਕ ਕੀਤਾ ਤਾਂ ਉਹਨਾਂ ਨੇ ਦੱਸਤਾ ਵੀ ਇਹ ਤਾਂ ਨਕਲੀ ਆ ਫਿਰ ਕਈ ਮੀਟਿੰਗਸ ਇੱਥੇ ਹੋਈਆਂ ਸ਼ਾਸ ਹੋ ਜਾਂਦੀਆਂ ਮਹਾਰਾਜਾ ਰਣਜੀਤ ਸਿੰਘ ਨਾਲ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਇਹਨਾਂ ਤੇ ਜ਼ੁਲਮ ਨਹੀਂ ਸੀ ਕਰਨਾ ਚਾਹੁੰਦੇ ਹੁਣ ਇਹਨਾਂ ਨੂੰ ਵੀ ਆਈਡੀਆ ਹੋ ਗਿਆ ਸੀਗਾ ਵੀ ਹਾਂ ਹੁਣ ਹੀਰਾ ਤਾਂ ਸਾਨੂੰ ਦੇਣਾ ਹੀ ਪੈਣਾ ਵਾਅਦਾ ਅਸੀਂ ਕੀਤਾ ਹੋਇਆ ਸੀ ਵੀ ਹੀਰਾ ਸਾਨੂੰ ਦੇਣਾ ਹੀ ਪੈਣਾ ਫਿਰ ਇਹ ਕਹਿੰਦੇ ਨੇ ਵੀ ਸਾਡੀਆਂ ਕੁਝ ਸ਼ਰਤਾਂ ਨੇ ਵੀ ਇੱਕ ਤਾਂ ਸਾਨੂੰ ਥੋੜੇ ਪੈਸੇ ਦੇ ਦਿਓ ਤੁਸੀਂ ਦੂਸਰਾ ਤੁਸੀਂ ਇਹ ਵਾਅਦਾ ਕਰੋ ਵੀ ਹੀਰਾ ਲੈਣ ਤੋਂ ਬਾਅਦ ਸਾਨੂੰ ਤੁਸੀਂ ਮਾਰੋਗੇ ਨਹੀਂ ਕੋਈ ਵੀ ਜ਼ੁਲਮ ਸਾਡੇ ਤੇ ਨਹੀਂ ਕਰੋਗੇ ਮਹਾਰਾਜਾ ਰਣਜੀਤ ਸਿੰਘ ਫਿਰ ਲਿਖਤੀ ਰੂਪ ਚ ਇਹਨਾਂ ਦਾ ਵਾਅਦਾ ਕਰਦੇ ਨੇ ਕਿ ਤੁਹਾਨੂੰ ਕੁਝ ਨਹੀਂ ਕਿਹਾ ਜਾਊਗਾ ਤੇ ਖਜ਼ਾਨੇ ਚੋਂ ਇਹਨਾਂ ਨੂੰ ਬਹੁਤ ਵੱਡੀ ਇੱਕ ਕੀਮਤ ਅਦਾ ਕੀਤੀ ਜਾਂਦੀ ਹੈ ਹੁਣ ਕੋਹੀਨੂਰ ਹੀਰੇ ਦਾ ਮਾਲਕ ਸੀ ਪੰਜਾਬ ਦਾ ਰਾਜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਔਰ ਕੋਹੀਨੂਰ ਹੀਰੇ ਨੂੰ ਕਹਿੰਦੇ ਨੇ ਵੀ ਇੰਨੀ ਪ੍ਰਸਿੱਧੀ ਜਿਹੜੀ ਮਿਲੀ ਆ ਉਹ ਉਦੋਂ ਹੀ ਮਿਲੀ ਆ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਆਇਆ ਏ ਇਤਿਹਾਸ ਦੇ ਜੇ ਆਪਾਂ ਪੰਨੇ ਫਰੋਲ ਕੇ ਦੇਖੀਏ ਕਿਉਂਕਿ ਮੁਗਲਾਂ ਕੋਲ ਬਹੁਤ ਜ਼ਿਆਦਾ ਹੀਰੇ ਸੀ ਔਰ ਮੁਗਲਾਂ ਲਈ ਕਦੇ ਵੀ ਕੋਹੀਨੂਰ ਹੀਰਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਨਹੀਂ ਰਹਾ ਰੂਬੀ ਹੀਰਾ ਸੀ ਉਹਨਾਂ ਕੋਲ ਇੱਕ ਉਹਨੂੰ ਉਹ ਜ਼ਿਆਦਾ ਇੰਪੋਰਟੈਂਸ ਦਿੰਦੇ ਸੀ ਕਿਉਂਕਿ ਮੁਗਲ ਇਹ ਲਾਲ ਪੀਲੇ ਹਰੇ ਜਿਹੜੇ ਰੰਗ ਦੇ ਹੀਰੇ ਸੀ ਇਹਨਾਂ ਨੂੰ ਜ਼ਿਆਦਾ ਪਸੰਦ ਕਰਦੇ ਸੀ ਤੇ ਕੋਹੀਨੂਰ ਸੀਗਾ ਇੱਕ ਕ੍ਰਿਸਟਲ ਕਲੀਅਰ ਚਿੱਟੇ ਰੰਗ ਦਾ ਜਦੋਂ ਇਹ ਹੀਰਾ ਮਹਾਰਾਜਾ ਰਣਜੀਤ ਸਿੰਘ ਕੋਲ ਆਉਂਦਾ ਹੈ ਤਾਂ ਮਹਾਰਾਜਾ ਰਣਜੀਤ ਸਿੰਘ ਇਹਨੂੰ ਆਪਣੀ ਪੱਗ 'ਚ ਸਜਾਉਂਦੇ ਨੇ ਤੇ ਲਾਹੌਰ ਦੀਆਂ ਗਲੀਆਂ 'ਚ ਪੂਰੇ ਜਾਹੋ ਜਲਾਲ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਕਾਫਲਾ ਘੁਮਾਇਆ ਗਿਆ ਲੋਕਾਂ ਨੂੰ ਦਿਖਾਇਆ ਗਿਆ ਕੋਹੀਨੂਰ ਹੀਰਾ ਉਸ ਤੋਂ ਬਾਅਦ ਵੀ ਕਹਿੰਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਦਾ ਇੰਨਾ ਪਿਆਰ ਸੀ ਇਹ ਕੋਹੀਨੂਰ ਹੀਰੇ ਨਾਲ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਖੱਬੀ ਅੱਖ ਤੋਂ ਦਿਖਦਾ ਨਹੀਂ ਸੀ ਤਾਂ ਕੋਹੀਨੂਰ ਹੀਰਾ ਮਹਾਰਾਜਾ ਰਣਜੀਤ ਸਿੰਘ ਆਪਣੀ ਸੱਜੀ ਬਾਹ ਤੇ ਇੱਥੇ ਡੋਲੇ ਤੇ ਬੰਨ ਕੇ ਰੱਖਦੇ ਸੀ ਤਾਂ ਜੋ ਇਧਰਲੀ ਅੱਖ ਨਾਲ ਕੋਹੀਨੂਰ ਹੀਰਾ ਉਹਨਾਂ ਨੂੰ ਦਿਖਦਾ ਰਹੇ ਜਦੋਂ ਵੀ ਕੋਈ ਬਹੁਤ ਵੱਡਾ ਪ੍ਰੋਗਰਾਮ ਹੁੰਦਾ ਬਹੁਤ ਵੱਡਾ ਦਿਨ ਹੁੰਦਾ ਜਾਂ ਕੋਈ ਬਹੁਤ ਖਾਸ ਬੰਦਾ ਮਿਲਣਾਉ ਦਾ ਮਹਾਰਾਜਾ ਰਣਜੀਤ ਸਿੰਘ ਨੂੰ ਤਾਂ ਉਦੋਂ ਮਹਾਰਾਜਾ ਰਣਜੀਤ ਸਿੰਘ ਉਹ ਹੀਰਾ ਪੈਂਟਦੇ ਸੀ ਉਸ ਤੋਂ ਬਿਨਾ ਇਹ ਹੀਰੇ ਨੂੰ ਗੋਬਿੰਦਗੜ੍ਹ ਦੇ ਕਿਲੇ 'ਚ ਰੱਖਿਆ ਜਾਂਦਾ ਸੀ ਹੁਣ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਗੱਲ ਦਾ ਅੰਦਾਜ਼ਾ ਸੀ ਕਿ ਇਹ ਹੀਰੇ ਨਾਲ ਕੀ ਇਤਿਹਾਸ ਜੁੜਿਆ ਹੋਇਆ ਹੈ ਕਿ ਇਹ ਹੀਰੇ ਪਿੱਛੇ ਕਿੰਨੇ ਬਾਦਸ਼ਾਹਾਂ ਦੇ ਕਤਲ ਹੋਏ ਨੇ ਇਸ ਕਰਕੇ ਮਹਾਰਾਜਾ ਰਣਜੀਤ ਸਿੰਘ ਇਹਨੂੰ ਇੱਕ ਕਿਲੇ 'ਚ ਕਦੇ ਵੀ ਨਹੀਂ ਰੱਖਦੇ ਸੀ ਇੱਕ ਕਿਲੇ ਤੋਂ ਦੂਜੇ ਕਿਲੇ ਦੂਜੇ ਕਿਲੇ ਤੋਂ ਤੀਜੇ ਕਿਲੇ ਐਵੇਂ ਬਦਲਿਆ ਜਾਂਦਾ ਸੀ ਇਹਨੂੰ ਤੇ ਜਦੋਂ ਇੱਕ ਕਿਲੇ ਤੋਂ ਦੂਜੇ ਕਿਲੇ ਚ ਲਿਜਾਇਆ ਜਾਂਦਾ ਸੀ ਤਾਂ 40 ਊਠ ਇੱਕ ਤਰੀਕੇ ਦੇ ਤਿਆਰ ਕਰੇ ਜਾਂਦੇ ਸੀ ਇੱਕੋ ਤਰ੍ਹਾਂ ਦੇ 40 ਊਠਾਂ ਦਾ ਇੱਕ ਕਾਫਲਾ ਉਹਦੇ ਚ ਕੁਝ ਪਤਾ ਨਹੀਂ ਕਿ ਕਿਹਦੇ ਤੇ ਕੋਈ ਦੂਰ ਹੀਰਾ ਰੱਖਿਆ ਹੋਇਆ ਤੇ ਉਹ ਊਠਾਂ ਦੇ ਦਿਵਾਲੇ ਹੁੰਦੇ ਸੀ ਮਹਾਰਾਜਾ ਰਣਜੀਤ ਸਿੰਘ ਦੇ ਬਹੁਤ ਤਕੜੇ ਤਕੜੇ ਸਪਾਹੀ ਹੁਣ ਮਹਾਰਾਜਾ ਰਣਜੀਤ ਸਿੰਘ ਨਾਲ ਇੱਥੇ ਇੱਕ ਹੋਰ ਗੱਲ ਜੋੜੀ ਜਾਂਦੀ ਆ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਆਖਰੀ ਦਿਨ ਸੀ ਤਾਂ ਉਦੋਂ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਇੱਛਾ ਜਤਾਈ ਸੀ ਕਿ ਉਹ ਕੋਹੀਨੂਰ ਹੀਰੇ ਨੂੰ ਜਗਨਨਾਥਪੁਰੀ ਦੇ ਮੰਦਰਾਂ 'ਚ ਚੜਾਉਣਾ ਚਾਹੁੰਦੇ ਨੇ ਡੋਨੇਟ ਕਰਨਾ ਚਾਹੁੰਦੇ ਨੇ ਇਹ ਗੱਲ ਹੁਣ ਕਿੱਥੋਂ ਆਈ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦਾ ਕਾਰਨ ਸੀ ਕਿ ਉਹਨਾਂ ਨੂੰ ਅਧਰੰਗ ਦੇ ਅਟੈਕ ਹੋਏ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਤਿੰਨ ਦੌਰੇ ਪਏ ਸੀ ਪਹਿਲਾਂ ਪਹਿਲਾ ਦੌਰਾ ਪਿਆ ਉਹਨਾਂ ਨੇ ਜ਼ਿਆਦਾ ਸੀਰੀਅਸਲੀ ਨਹੀਂ ਲਿਆ ਉਸ ਦੌਰੇ ਨੂੰ ਫਿਰ ਜਦੋਂ ਦੂਸਰਾ ਅਟੈਕ ਹੋਇਆ ਤਾਂ ਉਹਨਾਂ ਦਾ ਇੱਕ ਪਾਸਾ ਬਿਲਕੁਲ ਖੜ ਗਿਆ ਸੀ ਉਸ ਟਾਈਮ ਤੇ ਉਹ ਬੈੱਡ ਤੇ ਪਏ ਸੀਗੇ ਬਿਲਕੁਲ ਹੀ ਇਸ਼ਾਰਿਆਂ ਨਾਲ ਉਹ ਗੱਲਾਂ ਕਰਦੇ ਹੁੰਦੇ ਸੀ ਆਪਦੇ ਰਾਜ ਭਾਗ ਦੀਆਂ ਗੱਲਾਂ ਉਹ ਇਸ਼ਾਰਿਆਂ ਨਾਲ ਹੀ ਪੁੱਛਦੇ ਸੀ ਬਹੁਤ ਖਾਸ-ਖਾਸ ਲੋਕ ਹੀ ਉਹਨਾਂ ਦੇ ਕਮਰੇ 'ਚ ਹੁੰਦੇ ਸੀ ਉਸ ਟਾਈਮ ਤੇ ਤਾਂ ਉਸ ਟਾਈਮ ਤੇ ਮਹਾਰਾਜਾ ਰਣਜੀਤ ਸਿੰਘ ਦੇ ਕਹਿ ਲੋ ਆਖਰੀ ਦਿਨ ਚੱਲ ਰਹੇ ਸੀ ਜਾਂ ਆਖਰੀ ਸਮਾਂ ਚੱਲ ਰਿਹਾ ਸੀ ਉਹਨਾਂ ਨੇ ਇੱਕ ਇਸ਼ਾਰਾ ਕੀਤਾ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਇੱਕ ਪੰਡਿਤ ਸੀਗੇ ਪੰਡਿਤ ਗੋਬਿੰਦ RAM ਉਹ ਕਹਿੰਦੇ ਕਿ ਮਹਾਰਾਜਾ ਰਣਜੀਤ ਸਿੰਘ ਇਹ ਇਸ਼ਾਰਾ ਕਰ ਰਹੇ ਨੇ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕੋਹੀਨੂਰ ਹੀਰੇ ਨੂੰ ਮੰਦਿਰ ਚ ਦਾਨ ਦਿਓ ਕਿ ਜਗਨਨਾਥ ਪੁਰੀ ਦੇ ਮੰਦਿਰ ਵੱਲ ਉਹ ਇਸ਼ਾਰਾ ਕਰ ਰਹੇ ਨੇ ਕਿ ਕੋਹੀਨੂਰ ਹੀਰੇ ਨੂੰ ਦਾਨ ਦਿਓ ਹੁਣ ਇਸ ਗੱਲ ਨਾਲ ਕਈ ਲੋਕ ਸਹਿਮਤ ਹੋ ਗਏ ਤੇ ਕਈ ਲੋਕਾਂ ਨੇ ਇਹ ਗੱਲ ਦਾ ਵਿਰੋਧ ਕੀਤਾ ਮਿਸਰ ਬੇਲੀਰਾਮ ਸੀਗੇ ਮਹਾਰਾਜਾ ਰਣਜੀਤ ਸਿੰਘ ਦੇ ਬਹੁਤ ਖਾਸ ਸੀਗੇ ਤੇ ਬਹੁਤ ਸੂਝਵਾਨ ਸੀਗੇ ਉਹਨਾਂ ਨੇ ਇਹ ਗੱਲ ਦਾ ਡਟ ਕੇ ਵਿਰੋਧ ਕੀਤਾ ਕਿ ਨਹੀਂ ਕਿ ਇਹ ਹੀਰਾ ਮਹਾਰਾਜਾ ਰਣਜੀਤ ਸਿੰਘ ਦੀ ਪ੍ਰਾਪਰਟੀ ਤਾਂ ਹੈ ਹੀ ਨਹੀਂ ਕਿ ਮਹਾਰਾਜਾ ਰਣਜੀਤ ਸਿੰਘ ਆਪਣੀ ਪ੍ਰਾਪਰਟੀ ਦਾਨ ਕਰ ਸਕਦਾ ਹੈ ਕਿ ਇਹ ਹੀਰਾ ਤਾਂ ਖਾਲਸੇ ਰਾਜ ਦਾ ਹੈ ਕਿ ਇਹ ਹੀਰੇ ਤੇ ਹੱਕ ਪੰਜਾਬ ਦੇ ਅਗਲੇ ਮਹਾਰਾਜੇ ਦਾ ਹੋਊਗਾ ਕਿ ਮਹਾਰਾਜਾ ਰਣਜੀਤ ਸਿੰਘ ਆਪਦੀ ਪ੍ਰਾਪਰਟੀ ਕੋਈ ਵੀ ਦਾਨ ਕਰੇ ਅਸੀਂ ਕੁਝ ਨਹੀਂ ਕਹਿੰਦੇ ਕਿ ਇਹ ਹੀਰੇ ਤੇ ਹੱਕ ਪੰਜਾਬ ਦੇ ਅਗਲੇ ਮਹਾਰਾਜੇ ਦਾ ਹੀ ਹੋਊਗਾ ਤਾਂ ਇਸ ਕਰਕੇ ਹੀਰਾ ਦਾਨ ਨਹੀਂ ਕੀਤਾ ਗਿਆ ਮਹਾਰਾਜਾ ਰਣਜੀਤ ਸਿੰਘ ਦਾਨ ਕਰਨਾ ਵੀ ਚਾਹੁੰਦੇ ਸੀ ਜਾਂ ਨਹੀਂ ਕਰਨਾ ਚਾਹੁੰਦੇ ਸੀ ਇਹਦਾ ਦਾਵਾ ਨਹੀਂ ਕੀਤਾ ਜਾ ਸਕਦਾ ਅੰਗਰੇਜ਼ਾਂ ਦੇ ਵੀ ਧਿਆਨ ਚ ਆ ਗਈ ਸੀ ਇਹ ਗੱਲ ਹੁਣ ਅੰਗਰੇਜ਼ਾਂ ਦੀ ਖਾਲਸਾ ਰਾਜ ਤੇ ਤਾਂ ਪਹਿਲਾਂ ਹੀ ਨਿਗਾ ਸੀ ਪੰਜਾਬ ਤੇ ਤਾਂ ਪਹਿਲੇ ਹੀ ਨਿਗਾਸੀ ਹੁਣ ਕੋਈ ਨੂਰ ਵੀ ਉਹਨਾਂ ਦੀ ਨਿਗਾਹ ਚ ਆ ਗਿਆ ਕਿ ਇਹ ਕੋਹੀ ਨੂਰ ਹੋਰ ਕਿਤੇ ਨਹੀਂ ਜਾਣਾ ਚਾਹੀਦਾ ਇਹ ਤੇ ਸਾਡਾ ਹੀ ਹੱਕ ਆ ਅੰਗਰੇਜ਼ੇ ਸਮਝ ਰਹੇ ਸੀ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਖਾਲਸਾ ਰਾਜ ਕਹਿ ਲਓ ਵਿਖਰਨਾ ਸ਼ੁਰੂ ਹੋ ਗਿਆ ਖਾਲਸਾ ਦਰਬਾਰ ਦੇ ਵਿੱਚ ਤਖਤ ਨੂੰ ਲੈ ਕੇ ਗੱਦੀ ਨੂੰ ਲੈ ਕੇ ਤੋ ਖਾਤੜੀ ਕਤਲੇਆਮ ਸਾਜ਼ਿਸ਼ਾਂ ਦਾ ਦੌਰ ਸ਼ੁਰੂ ਹੋ ਗਿਆ। ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਸਭ ਤੋਂ ਵੱਡੇ ਪੁੱਤਰ ਖੜਕ ਸਿੰਘ ਨੂੰ ਪੰਜਾਬ ਦਾ ਮਹਾਰਾਜਾ ਬਣਾ ਦਿੱਤਾ ਗਿਆ। ਗੱਦੀ ਤੇ ਬੈਠੇ ਸੀ ਹੁਣ ਮਹਾਰਾਜਾ ਖੜਕ ਸਿੰਘ ਤਾਂ ਕੋਈ ਨੂਰ ਵੀ ਉਹਨਾਂ ਕੋਲ ਆਇਆ। ਖੜਕ ਸਿੰਘ ਨੂੰ ਕਿਸੇ ਸਾਜ਼ਿਸ਼ ਨਾਲ ਮਾਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਪੰਜਾਬ ਦਾ ਮਹਾਰਾਜਾ ਬਣਾਇਆ ਗਿਆ ਖੜਕ ਸਿੰਘ ਦੇ ਪੁੱਤਰ ਨੌਨਿਹਾਲ ਨੂੰ ਯਾਨੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਨੌਨਿਹਾਲ ਨੂੰ ਦੌਨਿਹਾਲ ਸਿੰਘ ਨੂੰ ਵੀ ਥੋੜੇ ਹੀ ਟਾਈਮ 'ਚ ਮਾਰ ਦਿੱਤਾ ਗਿਆ ਇੰਨੇ ਇੱਕ ਥੋੜੇ ਜੇ ਦੌਰ 'ਚ ਹੀ ਪੰਜਾਬ ਨੇ ਆਪਦੇ ਕਈ ਮਹਾਰਾਜੇ ਖੋਏ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਰਾਣੀ ਰਾਣੀ ਜਿੰਦਾਂ ਦੇ 5 ਸਾਲ ਦੇ ਪੁੱਤਰ ਦਲੀਪ ਸਿੰਘ ਨੂੰ ਬਣਾਇਆ ਗਿਆ ਪੰਜਾਬ ਦਾ ਮਹਾਰਾਜਾ ਤਾਂ ਮਹਾਰਾਜਾ ਦਲੀਪ ਸਿੰਘ ਹੁਣ ਬਣ ਗਏ ਸੀ ਕੋਹੀਨੂਰ ਹੀਰੇ ਦੇ مالک ਪਰ ਅੰਗਰੇਜ਼ਾਂ ਵਾਸਤੇ ਹੁਣ ਪੰਜਾਬ ਦੱਬਣਾ ਤੇ ਕੋਹੀਨੂਰ ਦੱਬਣਾ ਸੌਖਾ ਹੋ ਗਿਆ ਸੀ ਕਿਉਂਕਿ ਹੁ ਲੈ ਦੇ ਕੇ ਦੋ ਤਿੰਨ ਲੋਕ ਹੀ ਬਚੇ ਸੀ ਮਹਾਰਾਜਾ ਦਲੀਪ ਸਿੰਘ ਬਚੇ ਸੀ ਤੇ ਮਹਾਰਾਣੀ ਜਿੰਦਾ ਬਚੀ ਸੀ ਬਾਕੀ ਸਾਰੇ ਖਤਮ ਹੋ ਗਏ ਸੀ ਇੱਕ ਦੂਜੇ ਨੂੰ ਖਤਮ ਕਰਦੇ ਕਰਦੇ ਤਕਰੀਬਨ ਮਹਾਰਾਜਾ ਰਣਜੀਤ ਸਿੰਘ ਦੇ ਸਾਰੇ ਲੋਕ ਹੀ ਖਤਮ ਹੋ ਚੁੱਕੇ ਸੀ 10 ਸਾਲ ਦੇ ਮਹਾਰਾਜਾ ਦਲੀਪ ਸਿੰਘ ਨੂੰ ਉਹਨਾਂ ਦੀ ਮਾਂ ਰਾਣੀ ਜਿੰਦਾ ਤੋਂ ਬੜੀ ਚਲਾਕੀ ਨਾਲ ਅੰਗਰੇਜ਼ਾਂ ਨੇ ਦੂਰ ਕਰ ਦਿੱਤਾ ਤੇ ਦਰਬਾਰ ਦੇ ਕੁਝ ਆਪਣਿਆਂ ਦੀਆਂ ਹੀ ਗਰਦਾਰੀਆਂ ਕਰਕੇ ਸਿੱਖ ਜੰਗ ਹਾਰ ਗਏ ਤੇ ਪੰਜਾਬ ਤੇ ਕਬਜ਼ਾ ਹੋ ਗਿਆ ਅੰਗਰੇਜ਼ਾਂ ਦਾ ਤੇ ਅੰਗਰੇਜ਼ਾਂ ਨੇ ਬਾਲਕ ਮਹਾਰਾਜਾ ਦਲੀਪ ਸਿੰਘ ਤੋਂ ਸਾਈਨ ਕਰਵਾ ਲਏ ਜਿਸ 'ਚ ਲਿਖਿਆ ਸੀ ਕਿ ਪੰਜਾਬ ਦਾ ਰਾਜ ਅਤੇ ਕੋਹਿੰਨूर ਅੰਗਰੇਜ਼ਾਂ ਨੂੰ ਸੌਂਪਿਆ ਜਾਂਦਾ ਹੈ ਹੁਣ ਨਾ ਪੰਜਾਬ ਸਿੱਖਾਂ ਦਾ ਰਹਾ ਤੇ ਨਾ ਕੋਹਿੰਨूर ਹੀਰਾ ਸਿੱਖਾਂ ਦਾ ਰਹਾ ਲਾਰਡ ਡਲਹੌਜੀ ਖੁਦ ਕੋਹਿੰਨूर ਹੀਰਾ ਲੈਣ ਲਈ ਲਾਹੌਰ ਆਇਆ ਬੀਡਿਆ ਨਾਮ ਦਾ ਇੱਕ ਸੁਮੰਦਰੀ ਜਹਾਜ਼ ਜਿਹਦੇ ਵਿੱਚ ਕੋਹਿੰਨूर ਹੀਰੇ ਨੂੰ ਭੇਜਿਆ ਗਿਆ ਭਾਰਤ ਤੋਂ ਇੰਗਲੈਂਡ ਉਹ ਕੋਹਿੰਨूर ਹੀਰੇ ਦਾ ਹੀ ਕੋਈ ਅਸਰ ਕਹਿ ਲੋ ਕਿ ਇਹ ਜਹਾਜ਼ ਤੇ ਤਕਰੀਬਨ ਇੱਕ ਹਫ਼ਤੇ ਬਾਅਦ ਹੀ ਲੋਕ ਬਿਮਾਰ ਹੋਣੇ ਸ਼ੁਰੂ ਹੋ ਗਏ ਦੂਸਰੇ ਹਫ਼ਤੇ ਬੁਰੇ ਤਰੀਕੇ ਨਾਲ ਕੋਲਰਾ ਬਿਮਾਰੀ ਫੈਲ ਗਈ ਇੰਨੇ ਜ਼ਿਆਦਾ ਬਿਮਾਰ ਹੋ ਗਏ ਲੋਕ ਕਿ ਰਸਤੇ 'ਚ ਹੀ ਮਰੀਸ਼ੀਅਸ ਇਹ ਜਹਾਜ਼ ਰੋਕਣਾ ਪਿਆ ਕਿਵੇਂ ਨਾ ਕਿਵੇਂ ਹੁੰਦਾ ਹੋਇਆ ਇਹ ਜਹਾਜ਼ ਡਿੱਗਦਾ ਢਿੱਡਾ ਪਹੁੰਚ ਗਿਆ ਇੰਗਲੈਂਡ ਦੀ ਧਰਤੀ ਤੇ ਪਰ ਇਹ ਜਹਾਜ਼ 'ਚ ਸਫ਼ਰ ਕਰ ਰਹੇ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਦੁਨੀਆਂ ਦਾ ਸਭ ਤੋਂ ਬੇਸ਼ਕੀਮਤੀ ਹੀਰਾ ਇਸ ਜਹਾਜ਼ ਨਾਲ ਜਾ ਰਿਹਾ ਹੈ ਸਾਡੇ ਇਹ ਗੱਲ ਉਸ ਜਹਾਜ਼ ਦੇ ਕੈਪਟਨ ਨੂੰ ਹੀ ਪਤਾ ਸੀ ਤੇ ਉਧਰ ਇੰਗਲੈਂਡ ਦੀ ਧਰਤੀ ਤੇ ਬੇਸਬਰੀ ਨਾਲ ਇੰਤਜ਼ਾਰ ਹੋ ਰਿਹਾ ਸੀ ਇਸ ਕੋਹੀਨੂਰ ਹੀਰੇ ਦਾ ਇਹ ਹੀਰਾ ਸੌਂਪ ਦਿੱਤਾ ਗਿਆ ਸ਼ਾਹੀ ਪਰਿਵਾਰ ਨੂੰ ਤੇ ਮਹਾਰਾਜਾ ਦਲੀਪ ਸਿੰਘ ਨੂੰ ਵੀ ਭਾਰਤ ਤੋਂ ਇੰਗਲੈਂਡ ਭੇਜਿਆ ਗਿਆ ਤੇ ਉਹਨਾਂ ਨੂੰ 크ਿਸਚਨ ਬਣਾ ਦਿੱਤਾ ਗਿਆ ਉੱਥੇ ਇੰਗਲੈਂਡ ਆਪ ਦੇ ਆਪ ਨੂੰ ਬਹੁਤ ਤਾਕਤਵਰ ਸ਼ੋਅ ਕਰ ਰਿਹਾ ਸੀਗਾ ਕਿ ਸਾਡੇ ਕੋਲ ਆ ਕੋਹੀਨੂਰ ਹੀਰਾ ਕਿ ਅਸੀਂ ਆ ਸਭ ਤੋਂ ਜ਼ਿਆਦਾ ਤਾਕਤਵਰ ਕੋਹਿੰੂਰ ਹੀਰਾ ਇੰਗਲੈਂਡ ਪਹੁੰਚਣ ਤੋਂ ਤਕਰੀਬਨ 2 ਸਾਲ ਬਾਅਦ ਲੋਕਾਂ ਨੂੰ ਦਿਖਾਉਣ ਦਾ ਫੈਸਲਾ ਕੀਤਾ ਗਿਆ ਕ੍ਰਿਸਟਲ ਪੈਲੇਸ 'ਚ ਇਹਦੀ ਪ੍ਰਦਰਸ਼ਨੀ ਲਾਈ ਗਈ ਤੇ ਉਦੋਂ ਦੇ ਇਤਿਹਾਸਕਾਰਾਂ ਨੇ ਇਹ ਚੀਜ਼ ਲਿਖੀ ਆ ਕਿ ਕ੍ਰਿਸਟਲ ਪੈਲੇਸ ਦੇ ਬਾਹਰ ਕੋਹਿੰੂਰ ਹੀਰੇ ਨੂੰ ਦੇਖਣ ਲਈ ਇੰਗਲੈਂਡ ਦੇ ਲੋਕ ਕਈ ਕਿਲੋਮੀਟਰ ਲੰਬੀਆਂ ਲਾਈਨਾਂ 'ਚ ਲੱਗੇ ਹੋਏ ਸੀਗੇ ਪਰ ਜਦੋਂ ਉਸ ਸ਼ਿਸ਼ਿਆਂ 'ਚ ਜੜੇ ਕੋਹਨੂਰ ਹੀਰੇ ਨੂੰ ਲੋਕਾਂ ਨੇ ਦੇਖਿਆ ਤਾਂ ਬਹੁਤ ਜ਼ਿਆਦਾ ਨਿਰਾਸ਼ ਹੋ ਗਏ। ਲੋਕ ਕਹਿੰਦੇ ਕਿ ਆਹ ਕੀ ਸਾਡੇ ਨਾਲ ਮਜ਼ਾਕ ਕੀਤਾ ਹੈ ਕਿ ਆ ਇੱਕ ਡੱਲ ਜੇ ਕਸਮੈਲੇ ਜੇ ਪੱਥਰ ਕਰਕੇ ਇੰਨਾ ਹੱਲਾਗੁੱਲਾ ਮਚਾ ਰੱਖਿਆ ਸੀ। ਉਸ ਟਾਈਮ ਤੇ ਕਹਿੰਦੇ ਨੇ ਕਿ ਕੋਹਨੂਰ ਹੀਰਾ ਆਪਣੀ ਚਮਕ ਖੋ ਚੁੱਕਿਆ ਸੀ। ਕਈ ਇੰਗਲੈਂਡ ਦੇ ਅਖਬਾਰਾਂ ਨੇ ਵੀ ਮਾਊਂਟੇਨ ਆਫ ਡਾਰਕ ਲਿਖਿਆ ਕੋਹਿੰੂਰ ਹੀਰੇ ਨੂੰ ਹੁਣ ਜਿਹੜਾ ਹੀਰਾ ਜਿਹਨੂੰ ਰੋਸ਼ਨੀ ਦਾ ਪਹਾੜ ਕਿਹਾ ਗਿਆ ਜਿਹੜਾ ਹਨੇਰਿਆਂ 'ਚ ਰੋਸ਼ਨੀ ਵੰਡਦਾ ਸੀ ਦੁਨੀਆ ਦਾ ਸਭ ਤੋਂ ਚਮਕਦਾਰ ਦੁਨੀਆ ਦਾ ਸਭ ਤੋਂ ਸੋਹਣਾ ਹੀਰਾ ਉਹ ਡਲ ਕਿਉਂ ਹੋ ਗਿਆ ਸੀ ਉਹ ਕਸਮੈਲਾ ਕਿਉਂ ਹੋ ਗਿਆ ਸੀ ਉਹ ਆਪਣੀ ਚਮਕ ਕਿਉਂ ਖੋ ਚੁੱਕਿਆ ਸੀ ਹੁਣ ਇਹਦੇ ਪਿੱਛੇ ਦੇ ਕਈ ਕਾਰਨ ਹੋ ਸਕਦੇ ਨੇ ਉਨ੍ਹਾਂ ਚੋਂ ਇੱਕ ਕਾਰਨ ਇਹ ਵੀ ਹੋ ਸਕਦਾ ਕਿ ਜਿਸ ਤਰੀਕੇ ਨਾਲ ਇੱਕ ਬੱਚੇ ਤੋਂ ਧੋਖੇ ਨਾਲ ਹੀਰਾ ਖੋਇਆ ਗਿਆ ਜਾਂ ਹੋਰ ਵੀ ਕਾਰਨ ਹੋ ਸਕਦੇ ਨੇ ਕੋਈ ਸੈਂਟਿਫਿਕ ਕਾਰਨ ਵੀ ਹੋ ਸਕਦਾ ਹੈ ਤਾਂ ਇਹ ਗੱਲ ਦੀ ਜਿਹੜਾ ਸ਼ਾਹੀ ਪਰਿਵਾਰ ਸੀ ਉਹਨਾਂ ਨੇ ਬਹੁਤ ਬੇਇੱਜ਼ਤੀ ਮਹਿਸੂਸ ਕੀਤੀ ਰਾਣੀ ਵਿਕਟੋਰੀਆ ਦਾ ਘਰ ਵਾਲਾ ਪ੍ਰਿੰਸ ਐਲਬਰਟ ਉਹਨੇ ਫੈਸਲਾ ਕੀਤਾ ਕਿ ਇਹ ਹੀਰੇ ਨੂੰ ਤਰਾਸ਼ਿਆ ਜਾਏਗਾ ਪਹਿਲਾਂ ਔਰੰਗਜ਼ੇਬ ਦੇ ਟਾਈਮ ਤੇ ਤਰਾਸ਼ਿਆ ਗਿਆ ਸੀ ਹੁਣ ਪ੍ਰਿੰਸ ਐਲਬਰਟ ਨੇ ਫਿਰ ਜੋਹਰੀ ਲੱਭੇ ਬਹੁਤ ਤਕੜੇ ਤਕੜੇ ਜੋਹਰੀ ਲੱਭੇ ਉਹਨਾਂ ਨੂੰ ਫਿਰ ਇਹ ਜ਼ਿੰਮੇਵਾਰੀ ਦਿੱਤੀ ਗਈ ਕਿ ਇਹ ਹੀਰੇ ਦੀ ਚਮਕ ਵਾਪਸ ਲੈ ਕੇ ਆਓ ਇੱਥੇ ਫਿਰ ਹੀਰੇ ਨੂੰ ਤਰਾਸ਼ਿਆ ਗਿਆ ਹੀਰੇ ਨੂੰ ਤਰਾਸ਼ਨ ਦੇ ਚੱਕਰ 'ਚ ਉਹਦਾ ਵਜ਼ਨ ਹੋਰ ਘਟ ਹੋ ਗਿਆ 186 ਕੈਰਟ ਦਾ ਹੀਰਾ ਹੁਣ ਰਹਿ ਗਿਆ ਸੀ ਸਿਰਫ 105.6 ਕੈਰਟ ਦਾ ਤਕਰੀਬਨ 40% ਭਾਰ ਉਹਦਾ ਹੋਰ ਘਟ ਹੋ ਗਿਆ 793 ਕੈਰਟ ਦਾ ਵਿਸ਼ਾਲ ਹੀਰਾ ਰੰਗਜੀਵ ਦੇ ਟਾਈਮ ਤੇ ਟੁੱਟਿਆ 186 ਕੈਰਟ ਦਾ ਰਹਿ ਗਿਆ ਤੇ ਹੁਣ ਅੰਗਰੇਜ਼ਾਂ ਨੇ ਉਹਨੂੰ 105 ਕੈਰਟ ਦਾ ਕਰ ਦਿੱਤਾ ਹੁਣ ਇੱਕ ਚੀਜ਼ ਤੁਹਾਡੇ ਦਿਮਾਗ 'ਚ ਆ ਰਹੀ ਹੋਵੇਗੀ ਕਿ ਇੰਨੇ ਲੋਕਾਂ ਨੂੰ ਇਹ ਹੀਰੇ ਨੇ ਬਰਬਾਦ ਕੀਤਾ ਫਿਰ ਇੰਗਲੈਂਡ ਦਾ ਸ਼ਾਹੀ ਪਰਿਵਾਰ ਕਿਵੇਂ ਬਚਿਆ ਹੋਇਆ ਹੈ ਕਿ ਉਹਨਾਂ ਦੀ ਚੜ੍ਹਾਈ ਤਾਂ ਖਤਮ ਨਹੀਂ ਹੋਈ ਇੱਕ ਕਰਸ ਜੁੜਿਆ ਹੋਇਆ ਹੈ ਇਸ ਡਾਇਮੰਡ ਦੇ ਨਾਲ ਉਹਨੂੰ ਕਹਿੰਦੇ ਨੇ ਕਰਸ ਆਫ ਕੋਹਿੰੂਰ ਡਾਇਮੰਡ ਬੜਾ ਮਸ਼ਹੂਰ ਹੈ ਮਟਕਾਫ ਨੇ ਪੁਰਾਣੇ ਜ਼ਮਾਨਿਆਂ 'ਚ ਆਪਣੀ ਕਿਤਾਬ 'ਚ ਲਿਖਿਆ ਸੀਗਾ ਕਿ ਜਿਸ ਕੋਲ ਵੀ ਕੋਹਿੰਨੂਰ ਦਾ ਇਹ ਹੀਰਾ ਹੋਏਗਾ ਉਹ ਦੁਨੀਆ ਤੇ ਰਾਜ ਕਰੇਗਾ ਪਰ ਉਹਦੀ ਜ਼ਿੰਦਗੀ ਚ ਬਰਬਾਦੀ ਵੀ ਜੁੜ ਜਾਏਗੀ ਬਦਕਿਸਮਤੀ ਜੁੜ ਜਾਏਗੀ ਉਹਦੇ ਨਾਲ ਹੁਣ ਤੁਸੀਂ ਚੱਕ ਕੇ ਦੇਖ ਲਓ ਇਤਿਹਾਸ ਖਿਲਜੀ ਤੋਂ ਲੈ ਕੇ ਬਾਬਰ ਹਮਾਈਉ ਨਾਦਰ ਸ਼ਾ ਫਿਰ ਅੱਗੇ ਸ਼ਾ ਸੁਜਾ ਰਣਜੀਤ ਸਿੰਘ ਹੁਣ ਇਹ ਚੀਜ਼ ਨੂੰ ਆਪਾਂ ਕਿਸਮਤ ਵੀ ਕਹਿ ਸਕਦੇ ਆਂ ਅੰਧਵਿਸ਼ਵਾਸ ਵੀ ਕਹਿ ਸਕਦੇ ਆਂ ਬਹੁਤ ਲੋਗ ਇਹ ਗੱਲ ਨੂੰ ਮੰਨਦੇ ਨੇ ਕਿ ਇਹ ਹੀਰਾ ਮੰਦ ਭਾਗਾ ਹੈ ਬਹੁਤ ਲੋਕ ਇਹ ਗੱਲ ਨੂੰ ਨਹੀਂ ਮੰਨਦੇ ਕਹਿੰਦੇ ਨੇ ਕਿ ਹਾਂ ਜੋ ਵੀ ਹੋਇਆ ਉਹਨਾਂ ਦੀ ਕਿਸਮਤ ਚ ਸੀਗਾ ਉਹਨਾਂ ਨਾਲ ਹੋ ਗਿਆ ਜਿਹੜੇ ਇਤਿਹਾਸਕਾਰ ਇਹ ਗੱਲ ਨੂੰ ਮੰਨਦੇ ਨੇ ਉਹਨਾਂ ਦੇ ਮੁਤਾਬਕ ਇੰਗਲੈਂਡ ਦੇ ਸ਼ਾਹੀ ਪਰਿਵਾਰ ਤੇ ਇਹ ਹੀਰੇ ਦਾ ਬੁਰਾ ਅਸਰ ਇਸ ਕਰਕੇ ਨਹੀਂ ਹੋਇਆ ਕਿਉਂਕਿ ਇੱਕ ਚੀਜ਼ ਮੰਨੀ ਜਾਂਦੀ ਸੀ ਕਿ ਜਿਸ ਕੋਲ ਵੀ ਇਹ ਹੀਰਾ ਹੋਊਗਾ ਉਹ ਦੁਨੀਆ ਤੇ ਰਾਜ ਕਰੂਗਾ ਪਰ ਉਹਦੇ ਨਾਲ ਬਰਬਾਦੀ ਵੀ ਜੁੜ ਜਾਊਗੀ ਪਰ ਜੇ ਕੋਈ ਔਰਤ ਇਸ ਹੀਰੇ ਦੀ ਮਾਲਕਨ ਹੋਏਗੀ ਕੋਈ ਔਰਤ ਕੋਹੀਨੂਰ ਨੂੰ ਪਹਿਨੇਗੀ ਜਾਂ ਖੁਦ ਰੱਬ ਕੋਲ ਇਹ ਕੋਹੀਨੂਰ ਹੋਏਗਾ ਉਹਨਾਂ ਤੇ ਕੋਹੀਨੂਰ ਦਾ ਬੁਰਾ ਅਸਰ ਨਹੀਂ ਹੋਏਗਾ ਰਾਣੀ ਵਿਕਟੋਰੀਆ ਤੋਂ ਬਾਅਦ ਰਾਣੀਆਂ ਹੀ ਇਸ ਹੀਰੇ ਨੂੰ ਪਹਿਨਦੀਆਂ ਰਹੀਆਂ ਕਿਸੇ ਵੀ ਇੰਗਲੈਂਡ ਦੇ ਰਾਜੇ ਨੇ ਇਸ ਹੀਰੇ ਨੂੰ ਨਹੀਂ ਪਹਿਨੇ ਤਾਂ ਇਹ ਸੀ ਕੋਹੀਨੂਰ ਹੀਰੇ ਦਾ ਇਤਿਹਾਸ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਤੁਸੀਂ ਅੱਗੇ ਵੀ ਭੇਜ ਸਕਦੇ ਹੋ ਕਿਹੜੇ ਪਿੰਡ ਸ਼ਹਿਰ ਚ ਬੈਠ ਕੇ ਸਾਡੀ ਵੀਡੀਓ ਦੇਖ ਰਹੇ ਹੋ ਇਹ ਸਾਨੂੰ ਜ਼ਰੂਰ ਦੱਸ ਦਿਆ ਕਰੋ ਇਦਾਂ ਦੀਆਂ ਹੋਰ ਵੀਡੀਓਜ਼ ਵੇਖਣ ਲਈ ਪੰਜਾਬ ਸਿਆਂ ਦੇ ਫੇਸਬੁੱਕ ਪੇਜ ਤੇ YouTube ਚੈਨਲ ਨੂੰ ਤੁਸੀਂ ਲਾਈਕ ਤੇ ਸਬਸਕ੍ਰਾਈਬ ਕਰ ਸਕਦੇ ਹੋ ਜੇ ਤੁਸੀਂ ਚਾਹੋ ਨਿਓ ਸਾਡੀਆਂ ਵੀਡੀਓ ਸਿੱਧੀਆਂ ਤੁਹਾਡੇ ਮੋਬਾਈਲ ਤੇ ਪਹੁੰਚ ਜਾਣ ਤਾਂ ਹੇਠਾਂ ਦਿੱਤੇ ਹੋਏ ਨੰਬਰ ਤੇ WhatsApp ਕਰਕੇ ਤੁਸੀਂ ਗਰੁੱਪ ਚ ਵੀ ਜੁਆਇਨ ਹੋ ਸਕਦੇ ਹੋ ਸਿੱਧੀਆਂ ਵੀਡੀਓ ਤੁਹਾਨੂੰ ਤੁਹਾਡੇ ਮੋਬਾਈਲ ਤੇ WhatsApp ਤੇ ਭੇਜ ਦਿੱਤੀਆਂ ਜਾਣਗੀਆਂ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਇਤਿਹਾਸ ਦੱਸਦੇ ਹਾਂ ਕੋਈ ਵੀ ਗਲਤੀ ਹੋ ਗਈ ਹੋਵੇ ਤਾਂ ਉਹਦੇ ਲਈ ਅਸੀਂ ਮਾਫੀ ਮੰਗਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ